ਆਉਂਦਾ ਤੁਸੀਂ ਅੱਜ ਇੱਕ ਸਾਹਿਬ ਦਾ ਦਿਲ ਨਾ ਆਇਆ ਮੈਨੂੰ ਸਮਝ ਨਹੀਂ ਆਉਂਦੀ ਚੌਵੀ ਘੰਟੇ ਸੁਬਹ ਤੋਂ ਲੈ ਕੇ ਸ਼ਾਮ ਤੱਕ ਡਾਂਸ ਹੀ ਕਰਦੇ ਰਹਿੰਦੇ ਨੇ ਉੱਤੋਂ ਦੋ ਆਪਸ ਵਿੱਚ ਸਕੇ ਭਰਾ ਨੇ ਰੋਟੀ ਖਾਣ ਨਾ ਖਾਣ ਪਹਿਲੇ ਲੜਾਈ ਇੱਥੇ ਕੋ ਕਰਦੇ ਨੇ ਚਲੋ ਬਹਾਰਾਲ ਕੋਈ ਐਸੀ ਗੱਲ ਨਹੀਂ ਜੇ ਦਿਨ ਉਹ ਨਹੀਂ ਨਾ ਰਹੇ ਤੇ ਜਾਣੇ ਇਹ ਵੀ ਨਹੀਂ ਭਰਾਵਾ ਚੁੱਕ ਕੇ ਨਾ ਲੈ ਜਾਈਏ ਚਲੋ ਕੋਈ ਐਸੀ ਬਾਤ ਸਾਹਿਬ ਜੀ ਨਾਸ਼ਤਾ ਰੈਡੀ ਕਰਾਂਗਾ ਤੁਹਾਡਾ ਅਸਲਾਮ ਅਲੈਕੁਮ ਬੈਠ ਜਾਓ ਭਾਈ ਜੀ ਬੈਠ ਜਾਓ ਲੋ ਦੁੱਧ ਵੇਚਣ ਦੀ ਡਿਊਟੀ ਲਓ ਇਹ ਕੈਸਾ ਘਰ ਹੈ ਜਿਹੜਾ ਬਿਲਕੁਲ ਗਰੀਬ ਵੱਡਾ ਬਿਰਾ ਹੈ ਇਹਦਾ ਛੋਟਾ ਬਿਰਾ ਹੈ ਉਹ ਅਮੀਰ ਹੈ ਉਹ ਆਪਣੇ ਬਿਰਾ ਨੂੰ ਲਿਫਟ ਹੀ ਨਹੀਂ ਕਰਾਉਂਦਾ ਬਈ ਉਹ ਗਰੀਬ ਆਦਮੀ ਤੂੰ ਲਿਫਟ ਕਰਾ ਲੇਕਿਨ ਚਲੋ ਸਾਨੂੰ ਕੀ ਅਸੀਂ ਜ਼ਰਾ ਆਪਣਾ ਖਾਤਾ ਚੈੱਕ ਕਰ ਲਈਏ ਕਹਿੰਦੇ ਵੱਲ ਕਿੰਨੇ ਪੈਸੇ ਅਨਮਰ ਅਰਾਈ 3500 ਰੁਪਈਆ ਪੈ ਜਾਂਦਾ ਦੁੱਧ ਸਾਰੀ ਜ਼ਿੰਦਗੀ ਪਿਆਸ ਖਾ ਕੇ ਲੰਘਾਤੀ ਤੇ ਦੁੱਧ ਦਾ ਬਿੱਲ 3500 ਰੁਪਏ ਸ਼ੇਖ ਜ਼ੁਲਫਕਾਰ ਦੁੱਧ ਦਾ ਬਿੱਲ ਸਿਰਫ 325 ਰੁਪਏ ਸ਼ੇਖ ਸਾਹਿਬ ਵੀ ਕਿਹਾ ਸੀ ਕੌਮ ਇੱਕ ਸ਼ੇਖ ਸਾਹਿਬ ਮੋਬਾਈਲ ਤੇ 2 ਘੰਟੇ ਗੱਲ ਕਰਦੇ ਰਹੇ ਤੇ ਫੌਤ ਹੋ ਗਏ ਪਤਾ ਲੱਗਾ ਪੈਕੇਜ ਲੈਣਾ ਭੁੱਲ ਗਏ ਸਨ ਹਸਨ ਖਾਨ ਪਠਾਨ 700 ਰੁਪਈਆ ਬਿੱਲ ਕਿਆ ਬਾਤ ਹੈ ਪਠਾਨ ਵੀ ਸ਼ਦਾਦੀ ਕੌਮ ਇੱਕ ਪਠਾਣੇ ਪੁੱਛਿਆ ਸਿਗਰਟ ਪੀ ਰਿਹਾ ਪੁੱਛਿਆ ਸਿਗਰਟ ਆ ਯਾਰ ਸਮਾਈ ਤੇ ਆ ਕੇ ਮੈਂ ਮਰ ਬਾਹਰ ਹੀ ਖਲੋਤਾ ਹੋਇਆ ਉਹਦਾ ਵੱਜ ਕੇ ਆ ਵੇਖ ਤੁਸੀਂ ਪਠਾਣ ਦੀ ਗੱਲ ਕੀਤੀ ਮੈਂ ਹਾਂ ਗਾਣਾ ਤੁਰ ਗਈ ਇਹਦੀ ਭੈਣ ਨੱਚ ਕੇ ਵੀ ਤੁਰ ਗਈ ਇੱਥੇ ਖਲੋਤਾ ਹੈ ਕੀ ਪਠਾਨ ਕੀ ਮੈਂ ਕਿਹਾ ਪਠਾਨ ਕਿੱਡੀ ਅਜ਼ੀਮ ਕੌਮ ਹੈ ਉਹ ਕਿਸ ਤਰ੍ਹਾਂ ਪਠਾਨ ਨੂੰ ਸੁਣਾਏ ਮੌਤ ਹੋ ਗਈ ਅੱਛਾ ਜੱਜ ਕਹਿੰਦਾ ਤੁਹਾਡੀ ਕੋਈ ਆਖਰੀ ਖਾਹਿਸ਼ ਕਹਿੰਦਾ ਓਏ ਮਾਰੀ ਜਗ੍ਹਾ ਤੇ ਤੂੰ ਪਾਇ ਲਗੋ ਪਠਾਨ ਬੱਬਰ ਸ਼ੇਰ ਇੱਧਰ ਤਾਂ ਵੇਖੋ ਕੀ ਬਾਤ ਹੈ ਚਾਈਨਾ ਕਿੰਨੀ ਤਰੱਕੀ ਕਰ ਗਿਆ ਆ ਕਾਲੇ ਰੰਗ ਦੇ ਗੁੱਜੇ ਆਉਣ ਲੱਗ ਪਏ ਇਹ ਵੈਸਟ ਇੰਡੀਜ਼ ਦਾ ਗੁੱਜਰ ਹੈ ਓ ਤੋ ਆਪ ਕ੍ਰਿਸ ਗੇਲ ਕੇ ਬੈਠੇ ਹੋ ਬਤਮੀ ਡਾਕਟਰ ਜਾ ਕੇ ਕਹਿੰਦਾ ਮੇਰੀ ਦਾੜ ਚ ਕੀੜਾ ਹੈ ਉਹ ਕਹਿੰਦਾ ਕੀੜਾ ਜ਼ਰੂਰ ਹੈ ਜਗ੍ਹਾ ਤੂੰ ਗਲਤ ਦੱਸ ਰਹੇ ਹੈ ਦੋਸਤਾਂ ਤੂੰ ਮੇਰਾ ਦੋਸਤ ਹੈ ਮੈਂ ਜਿਹੜਾ ਤੈਨੂੰ ਇੱਕ ਮਹੀਨੇ ਤੋਂ ਕੰਮ ਕਿਹਾ ਸੀ ਨਾ ਉਹ ਮੈਂ ਕਹਿੰਦਾ ਕਰ ਛੱਡ ਪਰੇ ਮਜ਼ਾਕ ਤੇ ਹੁੰਦੇ ਰਹਿੰਦੇ ਨੇ ਆ ਥੱਲੇ ਬਾਥਰੂਮ ਚ ਗਿਆ ਫਰਨੈਲ ਦੀ ਗੋਲੀ ਮੂੰਹ ਚ ਪਾ ਕੇ ਕਹਿ ਰਿਹਾ ਉਹ ਤੇ ਆਟੀ ਬੈਂਡ ਨੂੰ ਹੁਣ ਤਾਂ ਮਖਾਣੇ ਵੀ ਫਿੱਕੇ ਆਉਣ ਲੱਗ ਪਏ ਨੇ ਦੋਸਤਾ ਪੂਰੇ 20,000 ਰੁਪਈਆ ਸੋਹਣੇ ਰਿਸ਼ਤੇ ਦੀ ਗੱਲ ਜਿਹੜੀ ਤੂੰ ਮੈਨੂੰ ਕਿਹਾ ਸੀ ਤੇਰਾ ਲੱਭ ਕੇ ਦੇਵਾਂਗਾ ਸੋਹਣਿਆ ਰਿਸ਼ਤੇ ਹੋ ਜਾਏਗਾ ਤੇਰਾ ਲੇਕਿਨ ਪਹਿਲੇ ਇਹ ਦੱਸ ਤੇਰਾ ਪਹਿਲੇ ਕਿਤੇ ਰਿਸ਼ਤਾ ਹੋਇਆ ਦੋਸਤਾ ਰਿਸ਼ਤਾ ਪਹਿਲੇ ਮੇਰਾ ਹੋਇਆ ਰਿਸ਼ਤਾ ਵੇਖਣ ਆਏ ਨੇ ਉਹ ਕਹਿੰਦੇ ਵੀ ਅਸੀਂ ਇਹਨੂੰ ਵੇਖ ਲਿਆ ਇਹਨੂੰ ਕਿਸੇ ਡਾਕਟਰ ਨੂੰ ਵਿਖਾਓ ਉਹ ਬਸ ਫਿਰ ਕਰਦੇ ਇਸੇ ਪਰੇਸ਼ਾਨੀ ਜੀ ਡਾਕਟਰ ਕੋ ਲੈ ਗਏ ਡਾਕਟਰ ਕੋ ਕਹਿੰਦਾ ਇਹਨੇ ਘੰਟਾ ਨਹੀਂ ਕੱਢਣਾ ਫਿਰ ਬਸ ਮੈਂ ਮੈਨੂੰ ਗੁੱਸਾ ਚੜਿਆ ਮੈਂ 4 ਘੰਟੇ ਡਾਕਟਰ ਦੇ ਘਰ ਹੀ ਕੱਢਿਆ ਉਹ ਮੈਨੂੰ ਉਹ ਕਵੇ ਵੀ ਤੇਰਾ ਐਕਸਰਾ ਹੋਣਾ ਮੈਂ ਕਿਹਾ ਕਰਵਾਓ ਉਹ ਨੇੜੇ ਵਾਲੇ ਕਮਰੇ 'ਚ ਲੈ ਗਏ ਮੈਂ ਕਿਹਾ ਜੀ ਕਰਨਾ ਕੀ ਅੰਦਰੋਂ ਆਵਾਜ਼ ਹੈ ਜੀ ਕੱਪੜੇ ਲਾ ਦਿਓ ਫਿਰ ਮੈਂ ਕਿਹਾ ਜੀ ਰੱਖਣੇ ਕਿੱਥੇ ਅੰਦਰੋਂ ਫਿਰ ਆਵਾਜ਼ ਹੈ ਜਿੱਥੇ ਮੇਰੇ ਪਏ ਨੇ ਗੱਲ ਸੁਣ ਮੇਰੀ ਤੇਰੇ ਰਿਸ਼ਤੇ ਦੀ ਗੱਲ ਮੈਂ ਕਰ ਲਈ ਅੱਛਾ ਘਰ ਬਹੁਤ ਉੱਚਾ ਅੱਛਾ ਉਹਨਾਂ ਦੀ ਬੱਚੀ ਵੀ ਪੜ੍ਹੀ ਲਿਖੀ ਅੱਛਾ ਤੇਰੀ ਜ਼ਿੰਦਗੀ ਸਵਾਰ ਦੇਗੀ ਵੈਰੀ ਗੁੱਡ ਲੇਕਿਨ ਇੱਕ ਸ਼ਰਤ ਹੈ ਕੀ ਉਹ ਜਦੋਂ ਇੱਥੇ ਆਣ ਕੇ ਮੈਂ ਉਹਨਾਂ ਨੂੰ ਫੋਨ ਕੀਤਾ ਤੂੰ ਉਹਨਾਂ ਦੇ ਸਾਹਮਣੇ ਇਹ ਸ਼ੋਅ ਕਰਨਾ ਕਿ ਸਾਰੀ ਪ੍ਰਾਪਰਟੀ ਦਾ ਤੂੰ ਇਕੱਲਾ ਮਾਲਕ ਹੈ ਠੀਕ ਹੈ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਤੂੰ ਨੌਕਰ ਹੈ ਠੀਕ ਹੈ ਠੀਕ ਹੈ ਤੇ ਆਣਾ ਕਿਦੋਂ ਨਾ ਮੈਂ ਫੋਨ ਕੀਤਾ ਤੇ ਕਿਉਂ ਦੇ ਰਹੇ ਹੋ ਅੱਛਾ ਮੈਂ ਤਾਂ ਕਹੀ ਮੈਂ ਆ ਰਿਹਾ ਮੈਂ ਆ ਰਿਹਾ ਕਿ ਆਉਂਦੀ ਆ ਵੇਖ ਤੇ ਸਹੀ ਅਗਲੇ ਹੁਣੇ ਆ ਜਾਣਗੇ ਥੋੜੀ ਦੇਰ ਤੱਕ ਹੋਰ ਖਾਤੇ ਚੈੱਕ ਕਰ ਯਾਰ ਕੀ ਰਹਿ ਗਿਆ ਅਸਲਾਮ ਅਲੈਕਮ ਜੀ ਦੋਸਤਾ ਨਹੀਂ ਨਹੀਂ ਮੈਂ ਨਮਾਜ਼ ਪੜ੍ਹਨੀ ਹੁੰਦੀ ਪੁੱਤਰ ਮੈਂ ਆਲ ਪੀਪਲ ਨੂੰ ਕਹਿ ਦਿੰਦਾ ਅਸਲਾਮ ਅਲੈਕਮ ਤੇ ਅਸਲਾਮ ਅਲੈਕਮ ਤਾਰਫ ਕਰ ਲਓ ਵਾਲੇਕਮ ਸਲਾਮ ਹਾਂ ਇਹ ਤੁਹਾਡੀ ਸੋਜਾ ਮਾਜਦਾ ਨਹੀਂ ਜੀ ਸ਼ੀਜ਼ ਮਾਈ ਵਾਈਫ ਓਕੇ ਓਕੇ ਇਹ ਮੇਰੀ ਬੇਗਮ ਹੈ ਇਹ ਮੁੰਡਾ ਜਿਹੜਾ ਧੀਆਂ ਪੈਣਾ ਦਿੰਦਾ ਲੋਕਾਂ ਨੂੰ ਜੀ ਰਿਸ਼ਤੇ ਕਰਾਉਣਾ ਰਿਸ਼ਤੇ ਕਾਕਾ ਮੈਂ ਉਹ ਗੱਲ ਤੇ ਉਹੀ ਹੋ ਗਈ ਨਾ ਇਹ ਮੇਰੀ ਬੇਗਮ ਹੈ ਤੇ ਮੇਰੇ ਕੋਲ ਪੈਸਾ ਕੋਈ ਨਹੀਂ ਮੈਨੂੰ ਦੱਸ ਨਹੀਂ ਨਹੀਂ ਇੱਥੇ ਮੈਂ ਲੈ ਕੇ ਕਿਵੇਂ ਆਇਆ ਮੈਂ ਜਾਣਦਾ ਮੇਰਾ ਰੱਬ ਜਾਣਦਾ ਵੀ ਸ਼ੁਕਰ ਇੱਥੇ ਖਰੀਏ ਨਾ ਪਹੁੰਚ ਗਏ ਕਿਵੇਂ ਜਿੱਥੇ ਲੈ ਕੇ ਗਿਆ ਬਿਸ਼ਤੀ ਕਿਵੇਂ ਇੰਜ ਕਰਕੇ ਮੈਨੂੰ ਕਹਿੰਦੀ ਬਾਜ਼ਾਰ ਲੈ ਮੈਂ ਬਾਜ਼ਾਰ ਲੈ ਕੇ ਗਿਆ ਉੱਥੇ ਮਦਾਰੀ ਤਮਾਸ਼ਾ ਕਰਨ ਦਿਆ ਮੈਂ ਉਹਨੂੰ ਪੁੱਛ ਬੈਠਾ ਮੈਂ ਕਿਹਾ ਮਦਾਰੀ ਸਾਹਿਬ ਆ ਰਿਛ ਕਿੰਨੇ ਲਿਆ ਉਹ ਕੋ ਮੈਨੂੰ ਕਹਿੰਦਾ ਤੁਸੀਂ ਦੱਸੋ ਜੀ ਤੁਸੀਂ ਕਿੰਨੇ ਲਿਆ ਬਕਵਾਸ ਨਹੀਂ ਕਰਨੀ ਪਰਾਏ ਘਰ ਆਏ ਆ ਮੇਰੇ ਕੋਲੋਂ ਇੱਜ਼ਤ ਕਰਾ ਕੀ ਇੱਜ਼ਤ ਕਰਾਵਾਂ ਤੇਰੇ ਕੋਲ ਤੇਰਾ ਪੇਹਾਂ ਭਵੇ ਖਾਣਾ ਖਰਾਬ ਹੈ ਤਰਾ ਜਦੋਂ ਦਾ ਇਹਦਾ ਤੇਰਾ ਵਿਆਹ ਹੋਇਆ ਹਾਂ ਐਨੀ ਕਿ ਖੁਸ਼ੀ ਨਹੀਂ ਦਿੱਤੀ ਐਨੀ ਕਿ ਮੈਂ ਤੋਂ ਖੁਸ਼ੀ ਹੈ 20 ਦਫਾ ਦਿੱਤੀ ਮੈਂ ਮੇਰੀ ਸਿਹਤ ਵੇਖ ਮੈਂ ਮਰ ਜਾਵਾਂ ਤੁਹਾਡਾ ਚਾਹੁੰਦਾ ਕੁਛ ਨਹੀਂ ਸਾਡਾ ਰਹਿੰਦਾ ਕੁਛ ਨਹੀਂ
ਬੇੜਾ ਦਰਜੀ ਆਪਣੀ ਗੱਲ ਕਰਦੀ ਦੇਖ 20 ਸਾਲ ਹੋ ਗਏ ਤੇਰੇ ਮੇਰੇ ਵਿਆਹ ਨੂੰ ਤੇ ਇੱਕ ਬੱਚੀ ਜੰਮੀ ਤੂੰ ਤੇਰੇ ਤੇਰੇ ਵੀ ਉਹ ਵੀ ਨਹੀਂ ਸੀ ਹੋਣੀ ਲਓ ਡਾਕਟਰ ਤੇ ਇਲਾਜ ਕਰਾ ਤੇ ਜਾ ਕੇ ਹੋਈ ਖਾਣਾ ਖਾ ਦੇ ਤੇ ਇਹਨੇ ਕੱਲ ਬਹੁਤ ਬੁਰੀ ਕੀਤੀ ਮੈਂ ਨਾਲ ਕੀਤੀ ਸੂ ਕੱਲ ਮੈਂ ਕੋਠੇ ਤੇ ਲੈ ਗਿਆ ਕੋਠੇ ਤੇ ਲੈ ਜਾ ਕੇ ਕਹਿੰਦਾ ਚੱਲ ਤੈਨੂੰ ਚੰਨ ਵਖਾਵਾਂ ਨਾ ਚੰਨ ਵਖਾਇਆ ਨਾ ਚੰਨ ਚੜਾਇਆ ਚਾਚਾ ਜੀ ਚੰਨ ਮਹੀਨੇ ਬਾਅਦ ਚੜਦਾ ਇਹ ਕਹਿੰਦੀ ਮਿੰਟ ਬਾਅਦ ਚੰਨ ਚੜਾਓ ਬਿਲਕੁਲ ਠੀਕ ਮੈਂ ਵੀਨਾ ਨਾਲ ਨਹੀਂ ਕਰਾਉਣਾ ਕਿਹਾ ਕਿਹਾ ਨਹੀਂ ਕਰਾਉਣਾ ਬਈ ਮੈਂ ਕੰਜਰਾ ਵਾਲ ਕਰਾ ਲਾਂਗਾ ਹਾਂ ਬਈ ਇਹ ਰਿਸ਼ਤੇ ਵਾਲੇ ਨੇ ਕਾਕਾ ਇਹ ਕੌਣ ਹੈ ਇਹ ਤੁਹਾਡੀ ਬੱਚੀ ਦਾ ਹੋਣ ਵਾਲਾ ਕਾਰੀਗਰ ਮਤਲਬ ਜਵਾਈ ਜਵਾਈ ਤੁਹਾਡਾ ਜਵਾਈ ਮੁੰਡਾ ਚੈੱਕ ਮੈਂ ਕਰਾਂਗੀ ਪਹਿਲੇ ਮੈਨੂੰ ਵੇਖ ਤੇ ਲੈਣ ਦੇ ਮੇਰਾ ਮਖਦੂਦਾਰ ਸਦਾਤਾ ਅੱਬੂ ਬੇਟਾ ਕੋਠੀ ਕਾਰ ਬੰਗਲਾ ਪੈਸੇ ਦੀ ਟੈਨਸ਼ਨ ਹੀ ਕੋਈ ਨਹੀਂ ਉਹ ਕਿਉਂ ਜੀ ਹੈ ਨਹੀਂ ਮਜ਼ਾਕ ਕਰ ਰਹੇ ਨੇ ਮਜ਼ਾਕ ਕਰਨ ਬਹੁਤ ਦਿਲ ਬਹੁਤ ਦਿਲ ਮੈਂ ਚਾਹ ਰਿਹਾ ਕਿ ਮੇਰੀ ਸ਼ਾਦੀ ਹੋਵੇ ਮੈਂ ਸੁਹੇਬ ਭਾਈ ਕੋਲੋਂ ਵੀਡੀਓ ਬਣਵਾਵਾਂ ਮੈਂ ਕਹਿੰਦਾ ਠੀਕ ਹੈ ਤੂੰ ਇਹ ਘਰ ਪੁੱਤ ਕਿਹਦਾ ਇਹ ਜੀ ਮੇਰਾ ਤੂੰ ਪਸੰਦ ਹੈ ਮੈਨੂੰ ਓਕੇ ਆ ਮੇਰੀ ਬੇਗਮ ਦਾ ਅਗਲਾ ਇਮਤਿਹਾਨ ਅੱਛਾ ਜੀ ਆ ਜਾ ਖਿਆਲ ਨਾ ਪੁੱਤੇ ਆ ਜਾ ਭਾਈ ਆ ਜਾ ਮੂਰਤੀ ਆਈ ਹੈ ਬਕਵਾਸ ਦਾ ਘਰ ਮੁੰਡੇ ਦੇ ਡੰਡ ਚੈੱਕ ਕਰੋ ਲੈ ਜਾ ਕਮਰੇ ਚ ਤੇ ਲਾ ਦੇ ਮੇਰੀ ਡੰਡ ਕਾਕਾ ਅੱਗੇ ਅੱਗੇ ਮੁੰਡੇ ਦੇ ਮੋਢੇ ਮੁੰਡੇ ਦੀਆਂ ਬਾਹਾਂ ਉਹ ਇਹਨਾਂ ਮੈਨੂੰ ਕੁੜੀ ਦੇਣੀ ਹੈ ਜਾਂ ਮੇਰਾ ਨਾਪ ਲੈਣ ਆਏ ਨੇ ਕਾਕਾ ਕੋਈ ਹੋਰ ਲੱਭਦਾ ਮੁੰਡਾ ਇਹ ਤੇ ਮੇਰੀ ਬੀਵੀ ਨੂੰ ਪਸੰਦ ਆ ਗਿਆ ਹੁਣ ਆਏ ਹਾਏ ਕਿਉਂ ਹੋਇਆ ਮੁੰਡਾ ਆਪਣੀ ਧੀ ਵੀ ਪਸੰਦ ਕਰਨਾ ਤੂੰ ਬੇੜਾ ਚਾਚੇ ਹੋਇਆ ਹੋਏ ਸਾਜ ਤੇ ਤੂੰ ਵੀ ਨਹੀਂ ਸੀ ਖਾਣਾ ਖਰਾਬਾ ਤੇਰੇ ਪਿਓ ਨੇ ਧੋਖਾ ਕੀਤਾ ਵਿਆਹ ਤੋਂ ਪਹਿਲੇ ਮੈਨੂੰ ਕਹਿੰਦਾ ਮੁੰਡਾ ਹੀਰੇ ਵਰਗਾ ਹੀਰੇ ਵਰਗਾ ਵਿੱਚੋਂ ਖੀਰੇ ਵਰਗਾ ਵੀ ਨਹੀਂ ਨਿਕਲਿਆ ਬੇੜਾ ਚਾਚੇ ਨਿਕਲਿਆ ਤੇ ਖੀਰਾ ਹੀ ਸੀ ਦੋ ਪਾਸੇ ਨੂੰ ਚੱਕ ਕਰਦੀ ਰਹੀ ਤੂੰ ਇਨਸਾਨ ਮਰ ਗਿਆ ਮੈਂ ਤੇਰਾ ਵਿਆਹ ਚੌਧਰੀ ਸ਼ੁਜਾਤ ਨਾਲ ਕਰਾ ਦੂੰ ਤੂੰ ਕਹਿ ਰਿਹਾ ਚਿੰਤਾ ਤਾਂ ਚਿੰਤਾ 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 ਦਾਦਾ ਉਹਨੇ ਕੋ ਆਪਣੀ ਜ਼ਬਾਨ ਚ ਕਹਿਣਾ ਉਹ ਪੁੱਤਰ ਹਾਂਜੀ ਉਹ ਉੱਥੇ ਬੈਠਾ ਕੀ ਕਰ ਰਿਹਾ ਬਸ ਇਹ ਵਾਪਸ ਚੱਲਾ ਸੀ ਜੀ ਕੌਣ ਕੀ ਅੰਮਾ ਵੱਡੀ ਕੀ ਹੋ ਰਿਹਾ ਹੈ ਅੰਮਾ ਵੱਡੀ ਹਾਂ ਅੰਮਾ ਵੱਡੀ ਅੰਮਾ ਵੱਡੀ ਤੁਹਾਡੇ ਮਾਂ ਮੇਰੇ ਹਾਂ ਮਾਂ ਅਸਲ ਚ ਇਹ ਜਿਹੜੇ ਲੋਕ ਨੇ ਮੇਰੇ ਸਹੁਰੇ ਨੇ ਇਹਨਾਂ ਨੇ ਆਪਣੀ ਬੱਚੀ ਦਾ ਮੈਨੂੰ ਮਕੈਨਿਕ ਬਣਾਉਣਾ ਹੈ ਨੁਕਰਾਣੀ ਮੇਰੇ ਅੱਗੇ ਬੋਲਦੀ ਹੱਥੀ ਪੈਂਦੀ ਹੈ ਬੁੱਲਾ ਰਗੜ ਕਹਿੰਦੇ ਮੈਨੂੰ ਨਜ਼ਰਾਂ ਥੱਲੇ ਕਰ ਤੈਨੂੰ ਪਤਾ ਨੀ ਮਾਰ ਕਹਿੰਦਾ ਕਿਵੇਂ ਗੱਲ ਕਰੀ ਜੀ ਬੱਚੇ ਦੀ ਫੈਮਿਲੀ ਬਾਰੇ ਪਤਾ ਕਰਨਾ ਜੀ ਬਹੁਤ ਅੱਛਾ ਮੁੰਡਾ ਬੜਾ ਕਮਾਈ ਕਰਦਾ ਹੈ ਅੱਛਾ ਜੀ ਬੜਾ ਠੀਕ ਹੈ ਜੀ ਹਾਂ ਕਰੋ ਐ ਘਰ ਆ ਸਾਰੇ ਕੁਛ ਹੈ ਰਹੀ ਤੂੰ ਕੋਈ ਬੁਲਾਓ ਕੋਈ ਹੋਰ ਹਾਂ ਮਾਮੇ ਨੂੰ ਬੁਲਾਨੀ ਆ ਮੈਂ ਮੇਰਾ ਮਾਮਾ ਵੀ ਹੈ ਉਹ ਖਲੋ ਜਾ ਮਰੇ ਉਸ ਬਲਾਕ ਤੋਂ ਮੁੱਕ ਲੈਂਦਾ ਕੋ ਆਪਣੀ ਜਾਨ ਕਹਿਰਾ ਖੋਤੀ ਦੇ ਬੱਚੇ ਕਹਿਰਾ ਬਾਦ ਨਹੀਂ ਆਉਂਦੇ ਯਾਰ ਨਹੀਂ ਕੌਣ ਹੈ ਮਾਮੂ ਇਹ ਮੇਰੇ ਕਾਕਾ ਸਾਡਾ ਰਿਸ਼ਤੇ ਦਾ ਜਵਾਬ ਨਹੀਂ ਆਪਣੀ ਗੱਲਾਂ ਜਵਾਬ ਦੇ ਦਿਓ ਨਹੀਂ ਠੀਕ ਕਿਉਂ ਆ ਉਹ ਤਾਂ ਗਿੱਠੀਆਂ ਬੰਦੇ ਫਿਰਨੇ ਲੱਖ ਲੱਖ ਤੁਹਾਡੇ ਬਗੈਰ ਜਾਣਾ ਹੁਣ ਇਹ ਆ ਭਾਈ ਜੀ ਮਾਮੂ ਇਹ ਮੇਰੇ ਸਸੁਰਾਲ ਵਾਲੇ ਨੇ ਅੱਛਾ ਇਹ ਮੇਰੇ ਸਸੁਰਾਲ ਤੇ ਆਦੀ ਆ ਇਹ 500 ਹੋਰ ਦੇ ਦੇਣ ਦੇ
ਨਹੀਂ ਮਾਮੂ ਤੁਸੀਂ ਮੇਰੀ ਹੈਲਪ ਕਰਨੀ। ਤੂੰ ਮਾਮਾ ਹੈ ਕੀ ਕਰਾਂ? ਐ ਮਾਮੂ ਤੁਸੀਂ ਮੇਰੇ ਐ ਰਿਸ਼ਤੇ ਵਾਲੇ ਨੇ ਮੇਰੇ। ਅੱਛਾ ਇਹ ਸਮੁੰਦਰ ਹੈਲੋ ਇਹ ਨੌਕਰ ਨੂੰ ਕਰਾਣੀ ਜੇ ਸਮੁੰਡਿਆਂ ਦਾ ਅਸੀਂ ਆਪਣਾ ਰਿਸ਼ਤਾ ਕਰ ਰਹੇ ਚਾਹਣਾ। ਅੱਛਾ ਅੱਛਾ ਤੇ ਮੁੰਡਾ ਅਸੀਂ ਚੈੱਕ ਕਰਨਾ। ਓਕੇ ਓਕੇ ਤੇਰਾ ਨੱਕ ਖੜਾ ਹੋ ਸਕਦਾ? ਕਿਵੇਂ? ਕੌਮੀ ਤਰਾਨਾ ਸੁੰਗਿਆ ਕਰ, ਕੁਛ ਨਾ ਕੁਛ ਫਰਕ ਪੈ ਸਕਦਾ। ਹੋਰ ਪੈਸੇ ਦੇ ਹੋਏ ਇਹ ਤੇਰਾ ਮਾਮਾ ਹੈ। ਆ ਮਹੱਲੇ ਚ ਨਵਾਂ ਸੂਟ ਪਾ ਕੇ ਜੈਕਟ ਪਾ ਕੇ ਫਿਰਨ ਦਿਆ ਫੀਨਾ। ਮੈਂ ਕਿਹਾ ਖੈਰ ਇੰਚ ਫਿਰਨ ਦਿਆ? ਕਹਿੰਦਾ ਬਾਜੀ ਨਾਲ ਜ਼ਿਆਦਤੀ ਹੋਈ ਆ ਜੀ, ਜੀਓ ਵਾਲਿਆਂ ਨੇ ਆਉਣਾ। ਇਧਰੋਂ ਮੈਂ ਤੇਰੇ ਬੰਦੇ ਕਰਕੇ ਬੰਦਾ ਮੂੰਹ ਨੀ ਲੱਗਦਾ। ਕਿਉਂ? ਕੀ ਹੈ? ਇਹਨਾਂ ਦੀ ਬੀਵੀ ਹੈ ਇਹ ਕੌਣ? ਨਹਿਰ ਤੇ ਨਹਾਉਣ ਵਾਲੀ ਔਰਤ ਮੇਰੀ ਬੇਗਮ ਹੈ। ਬੇਗਮ ਇਹੋ ਜਿਹੀ ਔਰਤ ਬਾਥਰੂਮ ਬੈਠੀ ਉਹਨਾਂ ਦੀਆਂ ਬਾਹਰ ਹੁੰਦੀਆਂ ਸਾਲੀਆਂ। ਬਹੁਤੀ ਬਕਵਾਸ ਨਾ ਕਰੀ ਮੇਰੇ ਨਾਲ, ਇੱਕ ਹੱਥ ਦੀ ਮਾਰ ਹੈ ਤੂੰ। ਬਹਿ ਜਾ ਖਾਲਾ ਕੇ ਹੱਥ ਮਾਰ ਮਾਰ ਕੇ ਤੇ ਹਾਲ ਹੋਇਆ ਸਾਡਾ। ਆ ਸਮਝ ਨਹੀਂ ਆਂਟੀ ਗੱਲ ਦੀ ਨੂੰ, ਸਮਝ ਨਹੀਂ ਆਉਂਦੀ ਕਿਉਂ ਇਹ ਗੱਲ ਪੈਣ ਦੀ? ਉਸ ਮੁੰਡੇ ਦਾ ਮਾਮਾ ਹੈ, ਬਦਤਮੀਜ਼ੀ ਕਰਦੇ ਹੀ ਹੈ। ਵੇ ਕਾਲੇ ਆ ਇਹਨੂੰ ਸਮਝਾ। ਕਾਲਾ ਕੌਣ ਹੈ? ਇਹ ਚੰਦੂ ਕਾਲਾ। ਇਹ ਕਾਲਾ ਹਾਂ ਹੀਰੋ ਆਦਮੀ ਹੀਰੋ ਇਹਦੇ ਪਿੱਛੇ ਕੁੜੀਆਂ ਨੇ ਬਲੇਡ ਮਾਰੇ ਨੇ। ਹਾਂਜੀ ਉਹ ਚੁੱਕੇ ਵਾਹ ਕਿੱਥੇ ਮਾਰੇ? ਜਦੋਂ ਕਿਸੇ ਔਰਤ ਦੇ ਘਰ ਬੱਚਾ ਪੈਦਾ ਹੋਣ ਵਾਲਾ ਹੋਵੇ, ਪੁੱਤ ਸੋਹਣੀਆਂ ਸੋਹਣੀਆਂ ਫੋਟੋਆਂ ਕਿਉਂ ਵੇਖਦੀ? ਇਸ ਵਾਸਤੇ ਬੱਚਾ ਖੂਬਸੂਰਤ ਪੈਦਾ ਹੋਵੇ। ਤੇਰੀ ਮਾਂ ਨੇ ਬਾਂਦਰਾਂ ਦੀ ਲੜਾਈ ਵੇਖ ਲਈ ਸੀ। ਸਾਨੂੰ ਤੂੰ ਪਸੰਦ ਆ ਗਿਆ ਜੀ, ਅਸੀਂ ਪਸੰਦ ਆ ਗਿਆ ਮੁੰਡਾ, ਸ਼ਗਨ ਦੇ ਦਿਆ ਵਾ, ਹੁਣ ਇਹ ਤੇ ਸ਼ਗਨ ਕਰ ਲਈਏ। ਮੈਨੂੰ ਟੈਲੀਫੋਨ ਕਰ ਕਹਿੰਦਾ ਹੈਲੋ ਅਸੀਂ ਤਿੰਨ ਜੀ ਹੋ ਗਏ। ਮੈਂ ਕਿਹਾ ਮੁੰਡਾ ਹੋਇਆ ਕਿ ਕੁੜੀ? ਕਹਿੰਦਾ ਨਹੀਂ ਮੇਰੀ ਬੀਵੀ ਨੇ ਇੱਕ ਬੰਦਾ ਹੋਰ ਕਰ ਲਿਆ। ਛੱਡ ਦੇ ਆ ਮੰਨਾ ਵਿਆਹ ਹੋ ਗਿਆ ਆਪਣੀ ਬੁੱਢੀ ਨੂੰ, ਕਹਿੰਦਾ ਹਨੀਮੂਨ ਮਨਾਉਣ ਚਲੀਏ। ਉਹ ਕਹਿੰਦੀ ਮੈਂ ਤਾਂ ਪੱਟ ਦੌੜਨੀ ਆਪਣੀ ਮਾਂ ਨੂੰ ਲੈ ਜਾ ਨਾਲ। ਫੈਸਲਾ ਹੋ ਗਿਆ ਮੁੰਡਾ ਪਸੰਦ ਦੇ। ਰੱਖ ਲੋ ਤਲਾਕ ਵੀ ਮੇਰੀ ਵਜ੍ਹਾ ਤੂੰ ਹੋਣੀ। ਬੱਤੀ ਦੇ ਦਿਓ ਉਹਨਾਂ ਨੇ ਬਣਾ ਕੇ ਦੇ ਦਿੱਤੀ। ਤੂੰ ਇਹ ਦੇਖ ਕੇ
ਭਾਵੇਂ ਸਾਬਣ ਨਹੀਂ ਫੜਿਆ ਪਰ ਲੱਗਦਾ ਨਹਾਉਂਦੇ ਨੇ ਟੂਡੇ ਨਾਡੇ ਨਾਏ ਕਿਆ ਹੈਲਝਨ ਕਿਆ ਹੈ ਬਹੁਤ ਅੱਛੇ ਸਿੰਗਰ ਨੇ ਇੱਕ ਦਿਨ ਇਹ ਜੀ ਬੰਦੇ ਬੈਠੇ ਕੱਲਾ ਹੀ ਮੈਂ ਚੁੱਕ ਕੇ ਗਾਉਂਦੇ ਆ ਇਹਦਾ ਥੱਲੇ ਧਿਆਨ ਪਿਆ ਇੱਕ ਬੰਦਾ ਰਹਿ ਗਿਆ ਬਾਕੀ ਸਾਰੇ ਨਿਕਲ ਗਏ ਉਹਨੂੰ ਕਹਿ ਰਿਹਾ ਮੇਰਾ ਸਾਹਿਬ ਸਹੀ ਗਾ ਰਹੇ ਉਹ ਕਹਿੰਦਾ ਭਾਈ ਤੈਨੂੰ ਕੱਢ ਕੇ ਮੈਂ ਤਾਲਾ ਲਾਉਣ ਤੋਂ ਬੈਠਾ ਭਾਈਚਾਰ ਮੁਬਾਰਕ ਹੋਵੇ ਅੱਜ ਮੇਰਾ ਰਿਜ਼ਲਟ ਆਊਟ ਹੋਣਾ ਤੁਹਾਨੂੰ ਅੱਖ ਰੁਪਏ ਪਾਸ ਹੋ ਰਹੀ ਹਾਂਜੀ ਰਿਜ਼ਲਟ ਅੱਜ ਮੇਰਾ ਆ ਰਿਹਾ ਭਾਈ ਸਾਹਿਬ 12 ਸਾਲ ਹੋ ਗਏ ਨੇ ਕੋਈ ਕਲਾਸ ਚੜੇ ਨੇ ਇਨਸ਼ਾਅੱਲਾ ਹੁਣ ਮੈਂ ਪਾਸ ਹੋ ਜਾਣਾ ਵਾ ਅੱਛਾ ਇਹਦਾ ਵੀ ਦੇਣਾ ਸੀ ਕੋਈ ਭਾਈ ਦੀ ਮੰਨਤ ਮੰਨੀ ਸੀ ਚਿੜੀਆਂ ਛੱਡਾਂਗਾ 50 ਅੱਛਾ ਫੇਰ ਗਲਤੀ ਨੇ ਮੇਰੇ ਕੋਲ 52 ਛੜੀਆਂ ਨਹੀਂ ਹਾਂ ਪੈਸੇ ਪਿਆਵਾਂ ਦੇ ਸੀ ਆ ਦੋ ਫੜ ਕੇ ਦਿੱਤੀਆਂ ਚਿੜੀਆਂ ਨੂੰ ਵਾਪਸ ਫੇਰ ਛੱਡੇ ਹੋ ਗਏ ਤੇ ਭਾਈ ਨੂੰ ਉੱਥੇ ਪੈਸੇ ਨਹੀਂ ਸੀ ਦੇਣੇ ਤੁਸੀਂ ਗਾਣਾ ਸੁਣਾ ਲੈਣ ਦੀ ਟੂਟੇ ਨਾਏ ਟੂਟੇ ਨਾਏ ਨਹੀਂ ਭਰਾ ਲੱਗਦੇ ਹੋ ਰਹਿਣ ਕਾਰ ਨਾ ਕਰਦਾ ਯਾਰ ਤੁਸੀਂ ਲੋਕ ਉਹ ਕਿਵੇਂ ਸਮਝੋਗੇ ਮਾਈਕਲ ਮਾਈਕਲ ਜੈਕਸਨ ਜੋ ਹੈ ਹਾਂ ਜੋ ਉਹ ਇੰਜੈਕਸ਼ਨ ਲਗਾ ਦਿੰਦਾ ਤਾਂ ਛੋੜੇ ਦੀ ਨਾਸ਼ਤਾ ਕਰਵਾਓ ਟੂਟੇ ਨਾਏ ਜੁੱਤੀਆਂ ਮਾਰ ਕੇ ਤੈਨੂੰ ਪਰਸੋਂ ਵੀ ਕਿਹਾ ਸੀ ਕੁਰਸੀ ਤੋਂ ਕਿਲ ਕੱਢ ਦੀ ਯਾਰ ਪਤਾ ਨੀ ਕਬ ਇੰਜੋਏ ਕਰਨਗੇ ਜੇ ਲੋਕ ਟੂਟੇ ਨਾਏ ਨਾਸ਼ਤੇ ਮੇਂ ਕਿਆ ਭਾਈ ਸਰ ਜੈ ਮੈਂ ਸਲਾਈ ਜੇ ਅੰਡਾ ਉਹ ਕੋਈ ਐਜੂਕੇਸ਼ਨ ਹਾਸਲ ਕਰ ਲਓ ਉਹ ਕੋ ਪੜ ਗਿਆ ਉਹ ਖੁਦਾ ਦਾ ਵਾਸਤਾ ਜੇ ਆ ਕਦੋਂ ਤੱਕ ਕੀ ਜਾਵੇ ਅੰਡਾ ਓਏ ਅੰਡਾ ਨਹੀਂ ਕੀਦੋ ਮੈਂ ਕੀਦਨਾ ਐਗ ਐਗ ਹਾਂ ਬੇਵਕੂਫ ਐਗ ਬੜਾ ਅੱਛਾ ਲੱਗਦਾ ਹੈ ਅੰਡਾ ਕਹਿਣ ਦੇ ਨਾਲ ਮੁਰਗੀ ਦਾ ਜ਼ੋਰ ਜ਼ਹਿਨ ਚ ਆ ਜਾਂਦਾ ਮੁਰਗੀ ਤੇ ਆਂਡਾ ਦਿੰਦੇ ਤੈਨੂੰ ਪਤਾ ਕਿੰਨੀਆਂ ਮੁਸ਼ਕਲਾਂ ਚ ਆਂਡਾ ਦਿੰਦੀ ਹੈ ਇਸ ਤਰ੍ਹਾਂ ਜੀ ਉਹ ਆਂਡਾ ਦਿੰਦੇ ਕਹਿੰਦੇ ਟੂਡੇ ਭੈਣ ਮੇਰੀ ਕਿਤਾਬ ਵਾਪਸ ਕਰੋ ਜਿਹੜੀ ਰਾਤੀ ਚਲਾਈ ਮੈਂ ਕੈਸਾ ਕੋਟ ਪਾਇਆ ਬਾਬਾ ਆਪਣੇ ਬਹੁਤ ਅੱਛਾ ਟੂਟੇ ਟੂਟੇ ਆ ਫੋਟੋ ਬਣਾ ਲੈ ਪਾਪਾ ਤੁਸੀਂ ਇਹ ਕੋਟ ਪਾਇਆ ਲੱਗਾ ਸੀ ਕਿਸੇ ਮਦਾਰੀ ਦੇ ਪੁੱਤਰ ਕਮ ਆਨ ਯੂ ਆਰ ਰਾਈਟ ਡੂ ਦਾ ਬ੍ਰੇਕ ਪਾਇਨ ਤੁਹਾਨੂੰ ਪਾਇਨ ਤੁਹਾਨੂੰ ਬੇਗਮ ਸਾਹਿਬਾ ਚੌਵੀ ਘੰਟੇ ਕੋਟ ਮੈਂ ਸੁਪਰੀਮ ਕੋਰਟ ਦੇ ਟਿੱਕੀਆਂ ਨਾਲ ਆ ਰਹਾ ਹਰ ਵੇਲੇ ਕੋਟ ਉਹ ਜੋ ਜੀ ਜੀ ਸਰ ਜੀ ਮੈਂ ਤੈਨੂੰ ਪਨਿਸ਼ਮੈਂਟ ਦੇਣੀ ਮੈਂ ਤੈਨੂੰ ਬਹੁਤ ਸਲੀਕ ਕਰਾਂਗਾ ਔਰ ਛਪੇੜਾ ਮਾਰਾਂਗਾ ਵਾਟ ਹੈਪਨਡ ਜਦੋਂ ਸਰ ਮੈਂ ਕਿੰਨੀ ਵਾਰ ਪਾਪਾ ਦੀ ਸਿਹਤ ਤੇ ਦਿਨ ਦਿਨ ਸਾਡੇ ਪਾਪਾ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਤਾਂ ਕਿਆ ਕਰੂੰ ਸਰ ਉਹ ਤੈਨੂੰ ਕਿੰਨੀ ਵਾਰੀ ਕਿਹਾ ਵੀ ਜਦੋਂ ਸਵੇਰ ਉੱਠਣ ਕੌਡੀ ਜੀ ਥੋੜੇ ਜਿਹਾ ਬਾਜਰਾ ਪਾ ਦੇ ਕਰ
What are you talking about? ਪਾਏ ਨੇ ਨੌਕਰ ਹੈ ਬਦਤਮੀਜ਼ ਨੇ ਸਰ ਕਿਆ ਹੋ ਇਹ ਪਰਸੋਂ ਇਹਨੇ ਪਤਾ ਕੀ ਕੀਤਾ ਅੱਬਾ ਜੀ ਕਿਚਨ ਚ ਰੋਟੀ ਖੜ ਗਏ ਇਹਨੇ ਲਾਂਤੀ ਨੇ ਟਿੜਕੀ ਲਾ ਦਿੱਤੀ ਔਰ ਅੱਬਾ ਜੀ ਨੂੰ ਮੈਂ ਜਿਵੇਂ ਉਹਦੇ ਚੋਂ ਖਿੱਚੀ ਆ ਮੈਨੂੰ ਪਤਾ ਆ ਜੇ ਬਈ ਬੜੀਆਂ ਜਰੀਟਾਂ ਵਜੀਆਂ ਲੇਕਿਨ ਮੈਂ ਚੂਹੇ ਵਾਸਤੇ ਲਾਈ ਸੀ ਜੀ ਆਪਣਾ ਈਸ਼ਰ ਜੀ ਫਟਾਫਟ ਬ੍ਰੇਕ ਹੋਏ ਨਾਸ਼ਤੇ ਕੀ ਹੈ ਨਾਸ਼ਤੇ ਮੈਂ ਸਰ ਇਹ ਜੈਮ ਹੈ ਸਲਾਈਸ ਪੜੇ ਹੋਏ ਅੰਡਾ ਫੇਰ ਅੰਡਾ ਕਿਉਂ ਉਹ ਤੈਨੂੰ ਕਿਹਨੇ ਵਾਰ ਜੰਗ ਬੱਚਿਆਂ ਦੀ ਤਾਲੀਮ ਤੇ ਅਸਰ ਹੁੰਦਾ ਐਗਸ ਐਗਸ ਆ ਆਮਲੇਟ ਬਣਾ ਕੇ ਲਿਆ ਜੀ ਅੱਠ ਐਗਸ ਲੈ ਕੇ ਤੇ ਵਿੱਚ ਗੰਡੇ ਧੁੰਨ ਕੇ ਲਿਆ ਓਏ ਓਏ ਅੱਛਾ ਜੀ ਮੈਨੂੰ ਇਹਨਾਂ ਦੀ ਹੈਰਾਨਗੀ ਨਹੀਂ ਮੈਨੂੰ ਹੈਰਾਨਗੀ ਇਹ ਵੀ ਕਿੰਨੀ ਦੇਰ ਮੱਝ ਐਂ ਖਲੋਤੇ ਰਹੀ ਉਸ ਦੇਖੋ ਨਾ ਬਾਕੀ ਇਹ ਵਿਰਾਸਤੀ ਪ੍ਰਾਪਰਟੀ ਹੈ ਬੇਟੇ ਇਹਦੇ ਵਿੱਚ ਇੰਜ ਹੀ ਹੁੰਦਾ ਛੇ ਮਰਲੇ ਸਾਡੇ ਨੇ ਦੋ ਉਡਾਉਂਦੇ ਨੇ ਅੱਲਾਹ ਰਹਿਮ ਪਾਕ ਨੂੰ ਵੇਖੀ ਜਾਂਦਾ ਹੈ ਚਾਗ ਦੇ ਬੱਚਿਆਂ ਵਾਸਤੇ ਲੰਚ ਪੈਕ ਕਰਕੇ ਕਿਸੇ ਤਰੀਕੇ ਨਾਲ ਪਾਥੀਆਂ ਪਾਥੀਆਂ ਚਕਵਾ ਦਿਓ ਉਹਨਾਂ ਪਾਥੀਆਂ ਚਾਹ ਦੋ ਕੀ ਕਹਿੰਦੀ ਆ ਪਤਾ ਨਹੀਂ ਰੋਲਾ ਕਿਦੋਂ ਮੁਕਣਾ ਕਿਦੋਂ ਉਹਨਾਂ ਨੇ ਜਾਣਾ ਤੇ ਮੈਨੂੰ ਸਕੂਨ ਹੋਏਗਾ ਮਾਈ ਤੈਨੂੰ ਕਿਹਨੇ ਬਾਰੇ ਸਮਝਾਇਆ ਬੱਚਿਆਂ ਦੀ ਤਾਲੀਮ ਤੇ ਅਸਰ ਪੈਂਦਾ ਮਾਈ ਕਿਹਨੂੰ ਕਹਿ ਰਹੇ ਆ ਨਹੀਂ ਨਹੀਂ ਮਾਈ ਤਾਂ ਤੁਸੀਂ ਹੈ ਹੀ ਨਹੀਂ ਤੁਸੀਂ ਤਾਂ ਕੋਈ ਵਾਸ਼ਿੰਗ ਮਸ਼ੀਨ ਹੋ ਗਰੀਬੋ ਛੋਟੀਆਂ ਛੋਟੀਆਂ ਬਿਮਾਰੀਆਂ ਪਿੱਤ ਨਿਕਲੀ ਹੈ ਫੋੜੇ ਨਿਕਲੇ ਹੈ ਇੱਧਰ ਦੇਖੋ ਵੱਡੇ ਲੋਕ ਜਦੋਂ ਮਰਨਾ ਅਟੈਕ ਹੀ ਹੋਣਾ ਖਸਰਾ ਨਿਕਲਦਾ ਨਾ ਮੇਰੇ ਪੁੱਤਰ ਹੀ ਖਸਰਾ ਨਿਕਲ ਆਇਆ ਦੋ ਆਮੇ ਕਰਨੇ ਨੇ ਤੁਸੀਂ ਕਿਉਂ ਆਪਣਾ ਜ਼ਾਤੀ ਮੌਤ ਦਾ ਖੂਨ ਨਹੀਂ ਬਣਾਉਣਾ ਹਾਲੇ ਮੈਂ ਸ਼ੁਰੂ ਗਜ਼ਲ ਸ਼ੁਰੂ ਕੀਤੀ ਤੂੰ ਜੀ ਬਹੁਤ ਅੱਛਾ ਗਾਣਾ ਗਾਇਆ ਬਰਗਰ ਖਾਸ ਸਭ ਕੁਛ ਸਾਨੂੰ ਖਵਾਈ ਜਾਂਦੇ ਆ ਭੁੱਖੇ ਮਰਨਾ ਜੇ ਜਾਇਦਾਦ ਅੱਠ ਮਰਲੇ ਧੋਖੇ ਨਾ ਇਹਨੇ ਛੇ ਮਰਲੇ ਲੈ ਲਈ ਸਾਨੂੰ ਦੋ ਮਰਲੇ ਦੇ ਦਿੱਤੀ ਤੂੰ ਛੇ ਮਰਲੇ ਕੀ ਕਰਨੀ ਸੀ ਤੂੰ ਤੇ ਖੁੱਡ ਚ ਵੀ ਰਹਿ ਸਕਦਾ ਸੀ ਟੋਪੀ ਉੱਤੇ ਕਰ ਲਾ ਕੰਨ ਵਡਵਾਏ ਤਾਇਆ ਤੇਰਾ ਹੋਸ਼ ਯਾਰ ਪਾਥੀ ਉੱਥੇ ਚੁਕਵਾ ਸਾਡੇ ਪਿਓ ਨਾਲ ਤਗੜਾ ਤਗੜਾ ਮੱਛਰੋਂ ਚ ਵੜਿਆ ਸਬਜੀ ਤੁਸੀਂ ਇੱਧਰ ਆਓ ਦੇਖੋ ਸੋਹਣੀਆਂ ਸੋਹਣੀਆਂ ਆਪ ਰੱਖ ਲੈਂਦੇ ਨੇ
ਮੈਨੂੰ ਮੈਚ ਤੇ ਪੈਸੇ ਲਾਉਣ ਵਾਲੀ ਦੇ ਦਿੰਦੇ। ਮੈਡੀਕਲ ਸਟੋਰ ਤੇ ਨਹੀਂ ਲੱਭੀ, ਕਿੱਥੋਂ ਲਿਆ ਗਿਆ? ਡਬੰਗ ਡਬੰਗ ਦਾ ਸ਼ੌਕ ਹੈ ਨਾ, ਪੈਂਟਾਂ ਪਾਈ ਦੀਆਂ ਨੇ, ਇਹ ਸਲਵਾਰਾਂ ਕਮੀਜ਼ ਨਾਲ ਨਹੀਂ ਹੁੰਦਾ, ਡਬੰਗ 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 ਜਿਵੇਂ ਸਾਨੂੰ ਨਹੀਂ ਆਉਂਦੇ ਡਬੰਗ ਡਬੰਗ। ਇੰਨਾ ਪੜ੍ਹ ਲਿਖ ਕੇ ਫਿਰ 20 ਰੁਪਏ ਦੀ ਮੱਛੀ ਵੇਚਣੀ ਹੈ? ਆ ਇਹਨੂੰ ਕੋਈ ਗੱਲ ਕਰਨ ਦੀ ਤਮੀਜ਼ ਨਹੀਂ। ਚਾਚਾ ਤੈਨੂੰ 20,000 ਵਾਰੀ ਸਮਝਾਇਆ ਕਿ ਤੇਰਾ ਵੱਡਾ ਭਰਾ ਹੈ, ਤੇਰੀ ਵੱਡੀ ਭਰਜਾਈ ਹੈ, ਇਹ ਸਮਝੋ ਕਿ ਤੇਰੇ ਮਾਂ ਪਿਓ ਨੇ ਇਹਨਾਂ ਦੀ ਇੱਜ਼ਤ ਕਰਿਆ ਕਰਦੇ, ਇਹਨਾਂ ਨੂੰ ਵੀ ਸਮਝਾਓ। ਬੀਵੀ ਵੇਖ ਕੀ
ਤੈਨੂੰ ਲੰਮਿਆਂ ਪਾ ਕੇ ਤੇਰੀ ਟੂਡੇ ਨਾਲ ਤੇ ਜੁੱਤੀਆਂ ਮਾਰਨੀਆਂ ਅੰਮੀ ਪਿੱਛੇ ਆ ਜਾ ਥੱਲੇ ਆਉਂ ਮੇਰੇ ਬੱਚਿਆਂ ਤੁਸੀਂ ਮਾਮਾ ਜੀ ਤੁਸੀਂ ਸਾਡੀ ਲੜਾਈ ਸੀ ਸਨਫ ਨਾਲ ਆਏ ਹੋ ਬਗੈਰ ਜਾਣ ਆਉਂਦੇ ਉਹ ਦੁਨੀਆਂ ਨੂੰ ਤਮਾਸ਼ਾ ਵਹਾਉਣ ਦੇ ਹੋ ਤਮਾਸ਼ਾ ਵਹਾਉਣ ਦੇ ਹੋ ਤਮਾਸ਼ਾ ਵਹਾਈਏ ਨਾ ਉਹਨਾਂ ਟਿੱਟਾਂ ਖਸੀਆਂ ਪਾਗਲ ਹੋ ਗਿਆ ਭੁੱਲ ਗਿਆ ਕਿ ਮਾਮਾ ਸਾਡਾ ਉਹ ਬੇਵਕੂਫਾ ਦੋ ਵਾਰੀ ਮਾਂ ਮਾਂ ਕਹੀਏ ਤੇ ਫਿਰ ਕਿਤੇ ਜਾ ਕੇ ਇੱਕ ਨਾਨਾ ਬਣਦਾ ਮਾਮੇ ਦੀ ਪੱਗ ਨਹੀਂ ਮਾਮੇ ਦੀ ਇੱਜ਼ਤ ਹੈ ਇਹਦੀ ਇੱਜ਼ਤ ਕਰ ਤੇਰਾ ਵੀ ਤਾਂ ਪਤਾ ਦੋ ਕੁੱਤੇ ਲੜਦੇ ਉਹਨੂੰ ਵਿੱਚ ਪੱਗ ਰੱਖਦਾ ਤੁਹਾਨੂੰ ਮੇਰੀ ਪੱਗ ਦਾ ਵਾਰ ਜੋ ਕੁੱਤੇ ਲੜ ਰਹੇ ਵਿੱਚ ਰੱਖੀਏ ਨਾ ਖਾਓ ਖਾਓ ਸ਼ਰਮ ਆ ਯਾਰ
ਨਹੀਂ ਆਉਂਦੀ। ਚਾਚੀ ਬੈਠੀ ਹੈ ਔਰ ਬਾਰ ਬਾਰ ਆਖੀ ਜਾਂਦਾ ਮੈਂ ਉਹ ਨਹੀਂ ਖਾਣਾ। ਇਹ ਚਾਰ ਜਮਾਤਾਂ ਪੜ੍ਹੇ ਹੁੰਦੇ ਤੇ ਕਹਿੰਦੇ ਮੈਨੇ ਨਹੀਂ ਖਾਣਾ ਰਸ ਕੈਪ ਵਾਲਾ। ਚਾਚੀ ਜੀ ਕੈਪ ਦਾ ਕੀ ਮਤਲਬ ਹੈ? ਟੋਪੀ। ਬੋਲ ਦੱਸ ਜਾ। ਬੋਲ ਗਈ ਬੋਲ ਨਹੀਂ ਗਈ ਇਹ ਉਰਦੂ ਹੈ ਚਾਚਾ ਤੇ ਚੈਂਜ ਹੀ ਹੁੰਦਾ। ਹਾਂ ਸਹੀ ਕਹਿ ਰਹੇ ਹੋ। ਹਾਂ ਬਟਰ ਜਾਨ ਓ ਐ ਦੇ ਓਏ ਕਾਂ ਦਾ ਪੁੱਤਰ ਬਣੀ ਕਿਆ ਬਾ ਮੈਂ ਮੈਂ ਬਲ ਮੈਨੂੰ ਲਾ ਦਿਓ ਮੈਨੂੰ ਲਾ। ਕਿਤੇ 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 ਅੰਨੀ ਦੇ ਆ ਮੇਰਾ ਰਸ ਵਿੱਚ ਲੈ ਗਿਆ। ਅਸੀਂ ਜੱਟ ਲੋਕ ਨਾ ਆਪਣੀ ਮੰਗ ਛੱਡਦੇ ਆ ਨਾ ਰਸ ਛੱਡਦੇ ਆ। ਅੱਬਾ ਅੱਬਾ ਮੈਨੂੰ ਵੀ ਆ ਮਿੱਠੀ ਬੋਤਲ ਲੈ ਕੇ ਦੇ। ਕੁਛ ਵੀ ਨੀ ਹੁੰਦੀ ਫਿੱਕੀ ਨੀ ਹੁੰਦੀ ਸੋਹਣੀ ਚੰਗੀ ਚੀਜ਼ ਨੀ ਖਵਾਈ ਚਾਦਰ ਸੁਣਨੇ ਕਹੀ ਜਾਂਦੇ ਹੋ ਬੇਗਮ ਜਾ ਬਜ਼ਾਰ ਫੌਰਨ ਜਾ ਬਜ਼ਾਰ ਤੇ ਜਾ ਕੇ 2 ਕਿਲੋ ਕੁਕੜੀਆਂ ਦੇ ਪੰਜੇ ਲਿਆ। ਉਹਦਾ ਨਾਂ ਹੀ ਵੈਜ ਪੀਸ ਰੱਖਿਆ ਬਦਰੀ ਜੇ ਮੇਰੇ ਬੜੇ ਬੇਹਯਾ ਨੇ। ਚਾਚਾ ਕੋ ਖੈਰ ਖਾ ਅੱਲਾ ਰਹਿਮ ਕਰੇ ਅਸੀਂ ਇਹੋ ਜਿਹੇ ਹੀ ਆ। ਚਲੋ ਤੁਸੀਂ ਅੰਦਰ ਜਾਓ। ਹਾਂ ਜਾ ਰਹੇ ਹੋ? ਜੀ ਜਾ ਰਹੇ। ਸ਼ਾਮ ਨੂੰ ਲੇਡੀ ਆਓਗੇ? ਤੁਸੀਂ ਅੰਦਰ ਜਾ ਕੇ ਤੇ ਚੈਨਾਂ ਦਾ ਤਾਲਾ ਲਾ ਲਓ। ਵਾਹ ਵਾਹ ਇਹ ਚਾਚੀ ਤੁਹਾਡੀ ਕਿ ਮਹਿਰਾਨ ਹੈ। ਤੁਸੀਂ ਨਾਨੀ ਗੱਲਾਂ ਚ ਨਾ ਆਣਾ ਜੀ। ਠੀਕ ਹੈ ਬਸ ਅੰਦਰ ਜਾ ਕੇ ਤੇ ਤੁਸੀਂ ਤਾਲਾ ਲਾ ਲਓ। ਉਹ ਚਾਚਾ ਉਹ ਚਾਚੀ ਨੂੰ ਦੱਸ ਕੇ ਤੇ ਜਾ ਤਾਲਾ ਲਾਉਣਾ ਕਿੱਥੇ। ਹੁਣ ਨਾ ਹੋਵੇ ਉਹ ਤਾਲਾ ਲਾ ਲਵੇ ਮੁਰਗ ਚ ਨਹੀਂ ਆ ਕੇ ਬੈਠਾ ਰਹੇ। ਤੁਸੀਂ ਅੰਦਰ ਜਾ ਕੇ ਤੇ ਤਾਲਾ ਗੁੱਟ ਦਿਓ। ਸ਼ਾਦੀ ਕਰਨੀ ਸ਼ਾਦੀ ਕਰੋ।
ਕਰਨੀ ਪੈਣੀ ਹੈ, ਪ੍ਰੋਸੀਜਰ ਹੁੰਦਾ ਹੈ। ਪਰ ਜਾ, ਮੇਰੀ ਰਕਮ ਲੱਗੀ ਤੇਰੀ ਮਿਹਰਬਾਨੀ ਜਾਣ ਕੇ। ਮੈਂ ਮਸ਼ਰਕੀ ਲੜਕੀ, ਮੈਂ ਆਪਣੇ ਮਾਂ-ਬਾਪ ਦੇ ਕਹਿਣ ਤੇ ਸ਼ਾਦੀ ਕਰਨੀ, ਤੇਰੇ ਨਾਲ ਸ਼ਾਦੀ ਨਹੀਂ ਕਰਨੀ। ਮੈਂ ਮਗਰ ਵੀ ਮੁੰਡਾ ਮੇਰੀ ਮੰਨ ਲਾ, ਆਪਣੇ ਪਿਓ ਨੂੰ ਸੱਦ। ਹੈ ਕੋ ਘਰ ਡੈਡੀ ਬਾਰਾ ਡੱਡੂ ਓਏ ਬਦਤਮੀਜ਼ੀ ਨਾ ਕਰੀ ਮੇਰੇ ਡੈਡੀ ਨਾਲ। ਇੱਧਰ ਆਓ ਲੰਡੇ ਤੇ ਲਿਆ ਕੇ ਤਲੀ ਖਾਂ। ਇੱਧਰ ਆ ਬੰਦਾ, ਬਦਤਮੀਜ਼ੀ ਕਰਨ ਦੇ ਤੈਨੂੰ ਤਮੀਜ਼ ਨਹੀਂ, ਜਾਣਦਾ ਨਹੀਂ ਮੈਨੂੰ ਕੌਣ ਆ। ਕੌਣ ਬੂਲਾ ਰਗੜ ਕਹਿੰਦੇ ਮੈਨੂੰ ਰਗੜ, ਇਹ ਤਾਂ ਮੇਰੇ ਨਾਲ ਵਿਆਹ ਕਰ ਦਿਓ ਫਿਰ ਦੇਹ ਰਗੜ ਤੇ ਰਗੜ। ਬਾਹਰ ਤੇ ਬੜੇ ਬੜੇ ਰਗੜ ਬੈਠੇ ਆ, ਤੂੰ ਤਾਂ ਕਿਸੇ ਰਗੜ ਦੀ ਮਾਰ ਨਹੀਂ। ਬਹੁਤ ਚੇਪੀ ਤੇ ਨਾਲ ਵਿਆਹ ਕਰ ਦਿਓ, ਮੇਰੀ ਧੀ ਏ ਤੇਰੀ ਧੀ ਆ, ਤੇਰੇ ਕਿਸ ਕੰਮ। ਇੱਕ ਮਿੰਟ ਸਬਰ ਕਰ ਦੇ ਪੁੱਤਰ, ਮੈਂ ਪੁੱਛਣਾ ਕਿਉਂ ਮਗਰ ਲੱਗਾ ਤੇਰੀ ਬਦਤਮੀਜ਼ੀ ਕਰਨੀ ਆ। ਰਕਮ ਲੱਗੀ ਤਮੀਜ਼ ਨਾਲ ਗੱਲ ਕਰ, ਮੈਂ ਤੈਨੂੰ ਦੱਸਦਾ ਜੀ, ਤੂੰ ਮੈਨੂੰ ਜਾਣਦਾ ਨਹੀਂ। ਓਏ ਮੈਨੇ ਰਗੜ ਨੂੰ ਮਾਰੀ, ਰਗੜ ਨੂੰ ਸੁਣ ਫੇਰਾ। ਹੁਣ ਜਿਹੜਾ ਮੇਰਾ ਮਜ਼ਾਕ ਹੈ, ਨਹੀਂ ਮੈਂ ਵੀ ਕਹਾਂ ਤੇਰੇ ਮੇਰੇ ਤੇ ਮਜ਼ਾਕ ਹੀ ਨਹੀਂ। ਚਾਚਾ ਜੀ ਮੇਰੀਆਂ ਰਕਮਾਂ ਮਗਰ ਲਾ ਲਾ ਕੇ ਕਿਹੜੀਆਂ ਰਕਮਾਂ ਲਾ ਬੈਠਾ ਤੂੰ। ਸਰ ਜੀ ਪਿਛਲੇ ਮਹੀਨੇ ਨੂੰ ਮੈਂ ਬਰੀਕ ਪੈਨ ਵਾਲਾ ਚਾਰਜਰ ਲੈ ਕੇ ਦਿੱਤਾ, ਫਿਰ ਇਹਨੇ ਰੱਫੜ ਪਾਤਾ, ਕਹਿੰਦੀ ਮੋਟੀ ਪੈਨ ਵਾਲਾ ਲੈ ਕੇ ਦਿਓ। ਫਿਰ ਇੱਕ ਦਿਨ ਠੰਡ ਹੋਈ, ਕਹਿੰਦੀ ਡੱਡੂ ਚਾਰਜਰ ਲਿਆ ਦੇ। ਉਹ ਫਿਰ ਨਹਿਰ 'ਚ ਡੱਡੂ ਕਿਸ ਤਰ੍ਹਾਂ ਫੜੀ ਤਾਂ ਤੁਹਾਨੂੰ ਤੇ ਪਤਾ ਹੀ ਆ। ਡੱਡੂ ਚਾਰਜਰ ਕਿਉਂ ਮੰਗਿਆ, ਉਹ ਤੇ ਤੇਰੀ ਮਾਂ ਨੂੰ ਲੱਗਦਾ। ਮੈਂ ਤੇ ਦੇਤਾ ਜਿਹਨੂੰ ਮਰਜ਼ੀ ਲਾਓ ਡੱਡੂ ਚਾਰਜਰ, ਕਿਉਂ ਚੀਜ਼ਾਂ ਲੈਂਦੀ ਨਹੀਂ ਮਗਰ ਲੱਗ ਗਿਆ ਮੁੰਡਾ। ਕਾਕਾ ਮੇਰਾ 250 ਰੁਪਈਆ ਇਕੱਠਾ ਲੱਗਾ, ਮੈਂ ਠੀਪੇ ਤੜਾ ਕੇ ਇਹਨੂੰ ਖਵਾਉਂਦਾ ਰਿਹਾ। ਚਾਚਾ ਜੀ ਕੁਝ ਤੂੰ ਪਹਿਲੇ ਦੱਸ, ਤੂੰ ਕਿਤੇ ਲੱਗਾ ਏ? ਮੈਂ ਤੇਰੀ ਧੀ ਦੇ ਪਿੱਛੇ ਲੱਗਾ। ਓਏ ਕਿਤੇ ਨੌਕਰੀ ਲੱਗਾ ਏ? ਆ ਨੌਕਰੀ ਮੈਕਡੋਨਲਡ 'ਚ ਲੱਗਾ ਸੀ, ਉਹਨਾਂ ਨੇ ਖੜਦਾ। ਕਿਉਂ? ਅਸੀਂ ਦੋ ਜਣੇ ਇਕੱਠੇ ਲੱਗੇ ਸਨ, ਇੱਕ ਬਰਗਰ ਕੱਟ ਰਿਹਾ, ਮੈਂ ਪੀਸ ਰੱਖਿਆ, ਉਹਨਾਂ ਕਿਹਾ ਇਕੱਲੇ ਇਕੱਲੇ ਕਰੋ ਕੰਮ ਜੀ, ਦੋਵਾਂ ਵਾਲਾ ਬਾਹਰ ਜਾ ਕੇ ਕਰਨਾ ਕਹਿੰਦੇ। ਤੇ ਤੇਰਾ ਕੋਈ ਕਾਰੋਬਾਰ? ਚਾਚਾ ਜੀ ਬਿਜ਼ਨਸ ਜਾ ਪਿਆ ਚਾਚਾ ਜੀ। ਓਕੇ, 3 ਲੱਖ ਦਾ ਬਿਜਲੀ ਦਾ ਬਿੱਲ ਆ ਗਿਆ ਚਾਚਾ ਜੀ। ਤੈਨੂੰ? ਉਹ ਸਮਾਨੀ ਬਿਜਲੀ ਵੀ ਸਾਡੀ ਛੱਤ ਤੇ ਡਿੱਗਦੀ ਨਹੀਂ ਨਾ, ਉਹਦੇ ਵਿੱਚ ਪਾਤਾ। ਇਹ ਤਾਂ ਮਜ਼ਾ ਹੀ ਆ ਮੁੰਡਾ ਜਿੱਥੇ ਰਿਸ਼ਤਾ ਕਰਨ ਦੇ। ਠੀਪੇ ਵੇਚਦਾ ਤੇ ਸਮਾਨੀ ਬਿਜਲੀ ਦਾ 3 ਲੱਖ ਕਰੰਸੀ ਦਾ ਬਿਜਨਸ ਆ, ਅਸੀਂ ਵੈਗਣਾਂ 'ਚ ਠੀਪੇ ਵੇਚਨੇ ਆ, ਗੁਰੇੜੀਆਂ ਤੇ ਨਹੀਂ ਵੇਚਨੇ। ਉਹ ਤੇਰਾ ਮੈਂ ਆਪਣੀ ਬੱਚੀ ਦੇ ਨਾਲ ਕਰਦੇ ਆ ਵਿਆਹ, ਉਹ ਵਿਆਹ ਤੋਂ ਬਾਅਦ ਮੇਰੀ ਬੱਚੀ ਨੂੰ ਰੱਖੇਗਾ ਕਿੱਥੇ? ਇਹ ਚਾਚਾ ਤੂੰ ਦੱਸਣਾ, ਮੈਂ ਤਾਂ ਰੱਖਣਾ ਹੀ ਆ। ਜਾ ਕੰਮ ਕਰ ਆ ਗਏ। ਸ਼ਹਿਰ 'ਚ ਨਹੀਂ ਰੱਖਣਾ ਚਾਚਾ, ਪਿੰਡ 'ਚ ਰੱਖਾਂਗੇ। ਸ਼ਹਿਰ 'ਚ 6-6 ਬੰਦੇ ਰਲ ਜਾਂਦੇ ਨੇ। ਹਾਂ ਡੈਡੀ, ਸਤਵਾਂ ਵਿਆਹ ਨਹੀਂ ਕਰਨਾ। ਸਤਵਾਂ ਬੰਦਾ ਉਹ ਹੁੰਦਾ ਜਿਹਦੀ ਬੈਠਕ ਹੁੰਦੀ। ਚਾਚਾ ਤੂੰ ਤਾਂ ਸੁਣ, ਵਿਆਹ ਕਰ ਲੈ ਇੰਨਾ ਪੁੱਤਰ, ਤੇਰਾ ਵੀ ਫਾਇਦਾ, ਤੇਰੀ ਮਾਂ ਦਾ ਵੀ, ਮੇਰਾ ਵੀ ਫਾਇਦਾ, ਮੁੰਡੇ ਵਾਲਿਆਂ ਦਾ ਵੀ ਫਾਇਦਾ। ਉਹ ਕਿਵੇਂ? ਚਾਚਾ ਉਹ ਤਾਂ ਲਿਆ ਕੇ ਦੇਗਾ ਨਾ। ਅੱਛਾ ਗੱਲ ਸੁਣ ਚਾਚਾ, ਇਹਦੇ ਨਾਲ ਮੇਰਾ ਵਿਆਹ ਕਰਾ ਤੇ ਮਿਰਚ ਬੜੀਆਂ ਵੈਰਾਈਟੀਆਂ ਨੇ ਚਾਚਾ। ਮਸਲਾ ਮੈਂ ਕਲਾਬਾਜ਼ੀ ਲਾ ਕੇ ਨਾ ਖੀਰਾ ਪੁੱਟ ਲੈਂਦਾ। ਫਿਰ ਤਾਂ ਤੇਰਾ ਮੇਰੇ ਨਾਲ ਹੋਣਾ ਚਾਹੀਦਾ ਜਦੋਂ ਖੀਰਾ। ਇਹਦਾ ਮਤਲਬ ਕੋਲ ਬੈਠਾ ਝੱਕ ਕੱਢਦਾ ਰਹੇਗਾ। ਜਾ ਕੰਮ ਕਰ। ਸੁਹਾਗ ਫੈਸਲਾਬਾਦ ਦੇ ਸਾਈਕਲ ਆਈ ਏ। ਚਲੋ ਅਸੀਂ ਤੇ ਮੂੰਹ ਮੱਥੇ ਲੱਗਦੇ ਆ, ਤੁਹਾਡੀ ਤੇ ਪੂਰੀ ਫੈਮਿਲੀ ਫੀਨੀ ਇਹਨਾਂ ਦੇ ਘਰ ਜਾਓ ਚਾਚਾ, ਲੱਗਦਾ ਜੈਕੀ ਚੰਦ ਦੀ ਫਿਲਮ ਚੱਲ ਗਈ। ਚੀ ਬਾਂ ਚਾਚਾ ਜੀ, ਅਮੀ 3 ਦਿਨ ਬਾਅਦ ਲੱਭੀ ਆ। ਅੱਛਾ, ਉਹ ਮੁਫਤ ਸਫ਼ਰ ਕਰਦੀ ਸੀ ਮੈਟਰੋ ਬੱਸ ਦਾ। ਕਦੀ ਇੱਧਰ ਜਾ ਰਹੀ, ਕਦੀ ਉੱਧਰੋਂ ਆ ਰਹੀ ਆ, 3 ਦਫ਼ਾ ਤਾਂ ਇੱਥੇ ਰਗੜਾਂ ਲਵਾਈਆਂ, ਇੱਥੇ 2 ਦਫ਼ਾ ਜੇਬ ਕਟਾਈ। ਦੱਸਦੀ ਨਹੀਂ, ਇਹ ਬਕਵਾਸ ਕਰ ਰਿਹਾ ਤੂੰ। ਤੇਰੇ ਨਾਲ ਹੋਰ ਡਾਕਟਰ ਦੀਦ ਦੇ ਬਾਰੇ ਗੱਲਾਂ ਕਰਾਂ? ਹਾਂਜੀ ਜੀ ਚਾਚਾ ਜੀ। ਤੇਰਾ ਨੱਕ ਸਹੀ ਹੋ ਸਕਦਾ ਜਵਾਨਾ? ਕਿਵੇਂ? ਇਹ ਕੈਪਸੂਲ ਮੈਂ ਤੈਨੂੰ ਦਿਆਂਗਾ। ਅੱਛਾ, ਨਾ ਤੂੰ ਦੁੱਧ ਨਾ ਲੈਣਾ, ਨਾ ਪਾਣੀ ਨਾ ਲੈਣਾ। ਅੱਛਾ, ਉਸ ਲੈਣਾ ਲੈਣਾ ਬਸ। ਮੈਂ ਤੇ ਮੁੰਡੇ ਦਾ ਰਿਸ਼ਤਾ ਕਰਨਾ ਇਹਦੇ ਵਿੱਚ ਆ ਗਿਆ। ਚਾਚਾ ਜੀ, ਉਹ ਜਿਹੜਾ ਬੰਦਾ ਕੈਪਸੂਲ ਹੌਸਲੇ ਨਾਲ ਲੈਂਦਾ ਨਾ, ਉਹ ਫਿਰ ਸਿਰ ਤੇ ਪੱਗ ਮੰਨ ਲੈਂਦਾ। ਇਹਦੇ ਘਰ ਡਾਕੂ ਆ ਗਏ ਫੀਨੇ ਦੇ, ਉਹਨਾਂ ਨੇ ਇਹਦੀ ਕੰਨ ਪੱਟੀ ਤੇ ਪਿਸਤੌਲ ਰੱਖ ਕੇ, ਬਤਾਓ ਸੋਨਾ ਕਹਾਂ ਹੈ, ਤੇ ਆਪਣੀ ਬੀਵੀ ਦੇ ਕਮਰੇ 'ਚ ਲੈ ਗਿਆ, ਕਹਿੰਦਾ ਇੱਥੇ ਸੌਂ ਜਾਓ ਜੀ। ਉਹ ਤੈਨੂੰ ਮੇਰੀ ਹਰ ਗੱਲ ਕੌਣ ਦੱਸ ਦਿੰਦਾ? ਐਸੀ ਗੱਲ ਡੈਡੀ ਨੂੰ ਕਹਿੰਦਾ 1000 ਰੁਪਏ ਦੇ ਕੱਲ ਦਿਆਂਗਾ, ਮੈਂ ਕਿਹਾ 2000 ਲੈ ਅੱਜ ਹੀ ਦੇ। ਔਰ ਵੇਖੋ ਚਾਚਾ ਕੋ ਚੋਪ ਪਾ। ਔਰ ਮੈਨੂੰ ਨਹੀਂ ਕਹਿੰਦਾ? ਅੱਛਾ ਤੂੰ ਵੱਧ ਲੈਣਾ ਪੁੱਤਰ। ਸੁਹਾਗ ਰਾਤ ਨੂੰ ਬੱਚੀ ਨੂੰ ਕੀ ਪਾਏਗਾ? ਚਾਚਾ ਜੋ ਸਾਰੇ ਪਾਉਂਦੇ ਮੈਂ ਜੁੱਤੀ ਪਾਉਂ। ਜਾਂ ਜੁੱਤੀ ਪਾ ਕੇ ਬਾਹਰ ਦੌੜ ਜਾਣਾ। ਆ ਤੇ ਫੋਨ ਨਾ ਕਰ, ਐ ਕਰ ਮਗਰ ਨਾ ਇਹਨਾਂ ਦੇ ਵੇਖ ਕੁੱਗੀ ਇਹ ਮਗਰ ਇਹਦਾ ਕਰਨਾ ਹੀ ਨਹੀਂ ਵਿਆਹ ਇਹੋ ਜੀ। ਔਰ ਸ਼ਵਾਰ ਮੈਂ ਨਹੀਂ ਖਰੀਦੀ, ਪਤਾ ਨਹੀਂ ਲੱਗਦਾ ਇਧਰੋਂ ਖੋਲਣਾ ਤੇ ਫਨੋ ਖੋਲਣਾ। ਕਮਰੇ ਤੇ ਗਈ ਉਧਰ ਮਾਰ ਕੀ ਹੋ ਗਿਆ ਨਾ? ਮੈਂ ਮੇਰੇ ਕਮਰੇ 'ਚ ਕੀ ਲੈ ਆਏ ਸੀ? ਉਹ ਚੈਨਾ ਨੇ ਕਮਰਾ ਕੱਢਿਆ ਨਵਾਂ ਤੇ ਜੋ ਕੁਛ ਨਿਕਲਦਾ ਕੁਛ ਆ। ਉਹ ਤੇਰਾ ਬੈੱਡਰੂਮ ਸੀ? ਅੱਛਾ, ਉਹ ਬੈੱਡਰੂਮ ਸੀ ਜਿਹਦੇ ਚਾਰ ਪਾਵੇ ਤੇ ਪੈਨਾ ਬੰਦਾ ਖਿੱਚਣ ਡਿਆ ਸੀ, ਉਹ ਬੈੱਡਰੂਮ। ਕੀ ਬਦਤਮੀਜ਼ੀ! ਚੌਲਾਂ ਵਾਲੀ ਚਾਦਰ ਵਿਛਾਈ ਬੈੱਡਰੂਮ ਤੇ, ਉਹ ਬੈੱਡਰੂਮ ਤੁਹਾਡਾ? ਚੌਲਾਂ ਵਾਲੀ ਚਾਦਰ ਨਹੀਂ, ਮੇਰਾ ਬੈੱਡਰੂਮ ਹੈ। ਮੈਂ ਵੈਸੇ ਕੰਮ ਗਿਆ ਸਾ ਨਾ, ਤੇ ਐਸੀ ਕੋਈ ਗੱਲ ਨਹੀਂ। ਹਾਏ ਮੇਰਾ ਦਿਲ ਘਬਰਾ ਗਿਆ। ਹਾਏ ਕੀ ਹੋ ਰਿਹਾ?
ਚਾਚਾ ਮੈਂ ਤੇ ਇਸ ਤਰ੍ਹਾਂ ਖਲੋਤਾ ਸੀ ਕੋਈ ਬੰਦਾ ਲੰਘਿਆ ਕੁੜੀ ਫਸਾ ਗਿਆ ਬਾਹਾਂ 'ਚ। ਸ਼ੀ ਮਾਈ ਵਾਈਫ। ਅੱਛਾ ਭਤੀਜੀ ਆ ਤੇਰੀ। ਓ ਮੈਂ ਨਾ ਹਸਬੈਂਡ ਆ। ਉਹ ਤੇ ਬੰਦਾ ਰਸਤੇ 'ਚ ਮਿਲਿਆ ਉਹਨੇ ਕਿਹਾ ਤੂੰ ਪਹੁੰਚ ਮੈਂ ਆਉਣਾ। ਤੂੰ ਹੀ ਵਿੱਚੋਂ ਨਿਕਲ ਜਾ। ਇੱਥੇ ਫਸੀ ਕੋ ਜਿਹੜੀ ਨਿਕਲ ਜਾਏ। ਇਹ ਉਹ ਕੀ ਰਿਹਾ ਚਾਚਾ ਜੀ ਮੇਰੀ ਗੱਲ ਕੋਈ ਐਸੀ ਗੱਲ ਨਹੀਂ ਹੋਈ ਜਿਹੜਾ ਤੁਸੀਂ। ਓਏ ਇਹਦੀ ਗੱਲ ਨਹੀਂ ਜਿੱਡਾ ਰੌਲਾ। ਕਿਸ ਤਰ੍ਹਾਂ ਹੋਇਆ ਜਾਨ ਪਤਾ ਕੀ ਹੋਇਆ ਸੀ। ਐ ਮੁੰਡਾ ਮੇਰੇ ਕਮਰੇ 'ਚ ਵਾਪਸ ਆਉ ਜੀ ਤੁਸੀਂ। ਅੰਦਰ ਹੀ ਨਾ ਚਲੀ ਗਏ ਤੂੰ। ਅੰਦਰ ਜੀ ਚਾਚੀ ਫੜੀ ਗਈ ਚਾਚੀ ਫੜੀ ਗਈ ਚਾਚੀ ਫੜੀ ਚਾਚੀ ਫੜ ਗਈ ਸਰ ਤੋਂ ਬਗੈਰ ਹੀ ਆ। ਚਾਚੀ ਮਰੀ ਗਈ ਤੁਸੀਂ ਇਹਨੂੰ ਧਿਆਨੇ ਲਾਈ ਰੱਖੋ। ਮੇਰੇ ਬੱਚਿਓ ਮੇਰੇ ਅਸੀਂ ਕੋਈ ਤੇਰੇ ਬੱਚੇ ਨੀ ਬਾਲਾ ਗਿਆ ਜਾ ਫੜੀ ਗਈ। ਛੋਟਾ ਜਿਹਾ ਇੰਸੀਡੈਂਟ ਹੋਇਆ। ਨਹੀਂ ਨਹੀਂ ਤੂੰ ਇੱਥੇ ਆਇਆ ਹੀ ਨਹੀਂ ਸੀ। ਮੈਂ ਬਾਹਰ ਥਾਂ। ਤੂੰ ਬਾਹਰ ਮੈਂ ਉਸਦਾ ਕੀ ਹੋਇਆ। ਮੈਂ ਆਇਆ ਤੂੰ ਨਹੀਂ ਤੂੰ ਬਾਹਰ ਚੱਲ। ਨਹੀਂ ਆਓ ਜੀ ਚਾਚੀ ਕਿਆ ਬਾਤ। ਆ ਮੁੰਡਾ ਸੀ ਇੱਥੇ ਤੂੰ ਬਾਹਰ ਸੀ। ਹਾਂ ਮਾਰੋ ਜੀ ਧੱਕਾ। ਇਹ ਮੁੰਡਾ ਇੱਥੇ ਆਇਆ। ਇਹ ਚਾਚੀ ਆਈ ਜੀ। ਤੁਸੀਂ ਪਹਿਲੇ ਅੰਦਰ ਆ ਕੇ ਵੇਖਿਆ ਸੀ ਫੇਰ ਰੋਏ ਸੀ। ਚਾਚੀ ਡਿੱਗੀ ਵੇਖਿਆ ਨਹੀਂ ਉੱਥੇ ਖਲੋ ਕੇ ਉੱਥੇ ਚੱਲ ਇੱਥੇ ਖਲੋ ਕੇ ਮੈਂ ਵੇਖ ਲਿਆ ਸੀ। ਨਹੀਂ ਉੱਥੇ ਖਲੋ ਇਸ ਨਾਲ ਦੇਰ ਹੋ ਜਾਏਗੀ। ਤੇਰਾ ਕਿਹੜਾ ਜਾ ਦੱਸਣ ਵਾਲਾ। ਚੱਲ ਇੱਥੇ ਖਲੋ ਕੇ ਮੈਂ ਵੇਖ ਲਿਆ। ਉੱਥੇ ਜਾ ਵਾਪਸ ਆਇਆ ਇੱਥੇ ਮੈਂ ਰੋਇਆ ਉਸ ਤੋਂ ਬਾਅਦ ਮੈਂ ਵੇਖ ਮੈਂ ਕੀ ਹੋ ਰਿਹਾ ਮੈਨੂੰ ਵੀ ਕਿਹਾ ਖੁਦਾ ਦੇ ਬੰਦੇ ਵਾਰੀ ਮੇਰੀ ਵਾਰੀ ਉਹ ਮੇਰੀ ਬੀਵੀ ਹੈ ਕਿ ਵੀਡੀਓ ਗੇਮ ਹੈ। ਵੈਸੇ ਇਹ ਚਾਚੀ ਜਿਵੇਂ ਇੰਜ ਕਰਕੇ ਡਿੱਗੀ ਸੀ ਨਾ ਐਸਨ ਫੋਟੋਗ੍ਰਾਫਰ ਕੋਈ ਫੋਟੋ ਲੋ ਆ ਕੇ ਨਾ ਪੂਰੇ ਸ਼ਹਿਰ ਚ ਵਹਾਉਂਦੇ ਸੀ। ਬਹੁਤ ਅੱਛੀ ਉਹ ਵੀ ਆ ਤੇ ਐ ਦੱਸ ਕੀ ਹੋਇਆ। ਅੱਬਾ ਜੀ ਚਾਚੇ ਇੱਥੇ ਨਹੀਂ ਸੀ ਚਾਚੀ ਇੱਥੇ ਸੀ। ਅੱਛਾ ਇਹ ਮੁੰਡਾ ਜਿਹੜਾ ਨਾ ਹਲਾ ਇਹਨੂੰ ਤਾਂ ਮੈਂ ਵੇਖਿਆ ਹੀ ਨਹੀਂ ਹੈ। ਇੱਧਰ ਤਾਂ ਵੇਖ ਕੌਣ ਆਏ। ਅੱਛਾ ਅੱਛਾ ਆਪਣਾ ਇਹ ਦੱਸੀ ਚਾਚੀ ਕਿਵੇਂ ਡਿੱਗੀ ਸੀ। ਤੁਸੀਂ ਦੋਵੇਂ ਭਰਾ ਆਈਟਮ ਕਰ ਲਓ ਤੁਸੀਂ ਲੰਗੜੇ ਹੋ। ਚਾਚਾ ਮੇਰਾ ਤਰਾ ਪਰਸੋਂ ਨੇ ਨਿੱਛ ਮਾਰੀ ਦੀ ਪੈਂਟ ਦੀ ਥੱਲੇ ਡਿੱਗ ਪਈ ਉਹ ਨਾਲੇ ਪੈਂਟ ਚੁੱਕ ਲਿਆ ਨਾਲੇ ਕਹਿ ਰਹੇ ਅੱਛਾ ਵੀ ਯਾਦ ਕਰਨ ਵਾਲੇ ਅੱਜ ਤੇ ਖੀਰ ਹੀ ਕਰਦੀ। ਤੂੰ ਕੌਣ ਇੱਥੇ ਕੀ ਲੈਣਾ। ਮੈਂ ਇੱਥੇ ਸਾਹ ਲੈਣ ਆਇਆ। ਗੁਆਂਢੀਆਂ ਦਾ ਮੁੰਡਾ ਸੀ ਸਾਰੇ ਨਾਲ ਕੀ ਤੇਰੇ ਕੋ ਹਰ ਕੰਮ ਸਡਨਲੀ ਹੁੰਦਾ ਪਤਾ ਨਹੀਂ ਡੈਡੀ ਮੇਰਾ ਕਿਸੇ ਰਿਸ਼ਤਾ ਹੈ ਪਤਾ ਨਹੀਂ ਸਰ।
ਅੰਦਰ ਜਾਏਗੀ ਉਹੀ ਹੈ। ਮੇਰਾ ਖਿਆਲ ਹੈ ਤੇਰਾ ਦਿਲ ਕਰ ਲਿਆ। ਚਲੋ ਚਲੋ ਚੱਲ ਤੂੰ ਦੂਸਰੇ ਅੰਦਰ ਚੱਲ। Oh my God! What's that, yaar? I am dying, yaar. ਭੈਣ ਅੱਜ ਤੁਹਾਡਾ ਰਿਜ਼ਲਟ ਆਣ ਵਾਲਾ ਏ। ਮੈਨੂੰ ਇਹ ਫਿਕਰ ਹੈ ਕਿ ਕਿਧਰੇ ਤੁਸੀਂ ਪਾਸ ਨਾ ਹੋ ਜਾਓ। ਓਹੋ ਖੈਰ ਖੈਰ ਬੋਲੋ। ਇਹ ਕੌਣ? ਕੌਣ ਨੇ? Hello, my sweet baby. Yes, John. Pinky, my jaan, my love. ਕਹਾਂ ਸੀ ਤੁਮ? ਅੱਛਾ ਅੱਛਾ। ਇਹ ਦਿਨੋਂ ਸੇ ਤੁਮਹਾਰਾ ਵੇਟ ਕਰ ਰਹਾ ਹੂੰ। ਕਮ ਸੇ ਹਵਾਈ ਨੀ ਹਵਾਈ। ਹੈਲੋ ਬੇਬੀ। ਦੋ ਲਾਤ ਹੋਰ ਕਰਦੇ ਹੋ? ਤੂੰ ਵਿੱਚ ਜ਼ਰੂਰ ਬੋਲੀ। ਅੱਛਾ ਤੂੰ ਹਵਾਈ ਹੈ, ਤੂੰ ਜ਼ਮੀਨੀ ਹੈ। ਚਲੋ ਨਹੀਂ, ਚਲੋ ਇੱਧਰ ਵੀ ਕਰੋਗੇ, ਹਰਾਮ ਦਾ ਮਾਲ ਹੈ। ਇੱਧਰ ਵੀ ਕਰਾਉਣਾ ਜੀ? ਉਹ ਸਾਡਾ ਤਾਇਆ ਅੰਦਰ ਵਿਹਲਾ ਬੈਠਾ, ਉਹ ਕਰਾ ਲੈ। ਦੇਖੋ ਮੁਝੇ ਸਕੂਲ ਸੇ ਛੁੱਟੀ ਹੋਈ ਹੈ, ਮੈਂ ਸੀਧੀ ਯਹਾਂ ਪੇ ਆਈ ਹੂੰ, ਮੇਰੇ ਮੈਟ੍ਰਿਕ ਕੇ ਐਗਜ਼ਾਮਸ ਹੋਨੇ ਵਾਲੇ ਹੈਂ, ਮੁਝੇ ਸਟੱਡੀ ਕਰਵਾ ਦੋ। ਓ ਮੈਂ ਤੁਹਾਰੇ ਐਗਜ਼ਾਮ ਕੀ ਸਟੱਡੀ ਕਰਵਾਉਂਗਾ, ਮੁਝੇ ਸਟੱਡੀ ਤੋ ਦਿਖਾਓ। ਸ਼ਾਬਾਸ਼। ਹਾਂ ਦਿਖਾਓਗੀ ਤੋ ਫਿਰ ਤੁਮ ਦੇਖ ਲੈਣਾ ਨਾ। ਅੱਛਾ ਦੇਖੋ ਨਾ, ਮੈਂ ਜ਼ਰਾ ਆਪਣੀ ਦੋਸਤ ਸੇ ਬਾਤ ਕਰ ਲੂੰ। ਅੱਛਾ ਮਾਫ ਕਰਨਾ, ਮੈਂ ਉਹ ਪਰਲੀ ਲੜਕੀ ਨੂੰ ਕੋਈ ਗਿਫਟ ਦੇਣਾ ਚਾਹ ਰਿਹਾ। ਕਿਆ? ਹੈਲੋ। ਉਹ ਪਰਲੀ ਲੜਕੀ ਨੂੰ ਮੇਰਾ ਦਿਲ ਕਰਦਾ ਮੈਂ ਗਿਫਟ ਦੇਆਂ। ਕੀ? ਮੇਰਾ ਦਿਲ ਕਰਦਾ ਮੈਂ ਬਾਲਾ ਫੜ ਕੇ ਤੇ ਤਾਲੂ ਚ ਮਾਰਾਂ। ਨਜੋ ਮੇਰੇ ਨੂੰ ਜਾ। ਤੁਹਾਨੂੰ ਕੁੜੀਆਂ ਮਿਲਣ ਆਉਂਦੀਆਂ, ਇਮਲੀ ਦੀ ਨੀ ਵੇਚਦੇ? ਸਹੀ ਗੱਲ ਭਾਏ ਨੇ ਨਾ, ਬੱਚੀ ਪਾਲ ਕੇ ਇਸ਼ਕ ਕਰਦੇ ਨੇ। ਇਹ ਮੇਰੀ ਦੋਸਤ ਜੋ ਹੈ ਨਾ, ਇਹ ਮੁਝਸੇ ਪਿਆਰ ਕਰਦੀ ਹੈ, ਮੇਰੇ ਗਾਣੇ ਸੇ ਲਵ ਕਰਦੀ ਹੈ। ਟੂਡੇ ਨਾਈਟ, ਟੂਡੇ ਨਾਈਟ। ਮੈਂ ਤੇ ਕਹਿੰਦਾ ਸਾਹਿਬ ਜੀ ਤੁਸੀਂ ਇਹਨੂੰ ਉਹ ਗਾਣਾ ਉਹ ਗਾਣਾ ਸੁਣਾਓ ਜਿਹੜਾ ਆਪਣੇ ਵਿਆਹ ਵਾਲੇ ਦਿਨ ਰਾਤ ਨੂੰ ਗਾਇਆ ਸੀ। ਕਿਹੜਾ? ਸੁਹਾਗ ਰਾਤ ਹੈ ਕੰਨੀ ਕਤਰਾ ਰਹਾ ਹੂੰ। ਮੇਰੀ ਬਾਤ ਸੁਣੋ, ਆਪਣੇ ਦਿਲ ਥਾਮ ਲੋ, ਤੁਮ ਲੋਗੋ ਕੇ ਲੀਏ ਸਰਪ੍ਰਾਈਜ਼ ਹੈ। ਸੁਣਾਓ ਸੁਣਾਓ। ਤਾਰੀਕ ਹੋ ਤੁਮੇ ਵੀ ਔਰ ਤੁਮੇ ਵੀ। ਤੁਮਾਰਾ ਭਾਈ 6ਵੀਂ ਦਫਾ ਫੇਲ ਹੋ ਚੁੱਕਾ ਹੈ। ਓ ਹੈਪੀ ਨਿਊ ਇਅਰ। ਫੇਲ ਹੋਇਆ ਵਾ, ਫੇਲ ਹੋਇਆ ਵਾ। ਬੱਚੀ ਅੰਦਰ ਭੇਜੋ। ਮਹਨੂਰ ਵਲਦ ਸਰਦਾਰ ਕਮਾਲ ਡਾਕਟਰ ਸਾਹਿਬ ਕਹਿੰਦੇ ਬੱਚੀ ਨੂੰ ਭੇਜੋ। ਇੱਧਰ ਆ ਜਾਓ ਕੁੜੀਓ, ਇੱਧਰ ਆ ਜਾਓ ਕੁੜੀਓ। ਆਤੰਕਵਾਦੀ ਆ ਗਏ ਇੱਧਰ ਆ ਜਾਓ ਭਾਈ ਨੇ। ਹਾਂਜੀ ਉਹ ਹਰੀ ਚਿੱਟੀ ਮੇਰੀ ਕੋਈ ਨੀ, ਖੈਰ ਆਣੀ ਤਾਂ ਇੱਕੋ ਘਰ ਚ ਨੇ ਨਾ। ਲੈ ਡਾਇਰੈਕਟਰ ਕਹਿ ਕੇ ਫਸ ਗਿਆ ਵੀ ਇੰਜ ਕਰਨਾ। ਟੂਡੇ ਡਾਇਰੈਕਟਰ। ਅੱਛਾ ਡਾਇਰੈਕਟਰ ਦੀ ਬਹੁਤ ਮਨ ਹੈ। ਆਹੋ ਇਹ ਭਾਈ ਦੀ ਝੋਲੀ ਚ ਤੇ ਬਹਿ ਜਾ ਗਿਆ। ਬਸ ਤੁਸੀਂ ਬਹਿ ਰਹੇ ਫਿਰ ਉਹਨਾਂ ਨੇ ਕਰਨਾ। ਚਲੋ ਇਹ ਤੇ ਤੂੰ ਕੱਢ ਲਈ ਨਾ ਆਪਣੀ ਪੜਾਸ, ਜਾ ਕੇ ਕਸਮ ਖਾ ਲਓ ਮੈਂ ਤੁਹਾਨੂੰ ਸਹੀ ਦੱਸ ਲੈਣ ਬਾਹਰ ਜਾ ਕਹਿਣਾ ਜੇ ਆਪੇ ਕੀਤੀ ਹੈ। ਉਹ ਕੁੜੀ ਵਾਲ ਵੀ ਤੇ ਵੇਖ ਨਾ, ਕਾਨੇ ਵਾਲਾ ਸੱਪ ਨੀ ਹੁੰਦਾ। ਉਹ ਵੀ ਨੀ ਹੈਲੋ ਹੁੰਦ ਰਹੀ ਕਿ ਬਸ ਕਰੇ ਪਲੀਜ਼। ਅਭੀ ਤੋ ਆਧਾ ਮਾਲ ਵਿਕ ਗਿਆ। ਸਾਹਿਬ ਜੀ ਸਹੀ ਦੱਸੋ ਕਿਆ ਪੁੱਛਿਆ?
ये परले दो ना जी। असल जे सर्कस च नसे ने लगड़ बगड़ ने क्या होते भाई तारफ कराओ अपना खुद कौन है आप जी माय नेम इज किंग खान दिस इज चुलबुल पांडे चुलबुल पांडे पूरे घर च 6-7 पांडे ये किथे मर गए होया नहीं तुहाडा घंटा इत्थे जानी चाहीदी सी सके प्यो ना बतीत हूं क्यों बुला रही हो नजम का काम है सिर्फ लाना डायरेक्टर ने दस ठेके
کیوں نہیں لیا؟ یعنی زیر کاروباری ہے نہیں، میں کچھ نہیں آیا لایا راجا پہلے کھوتی کا کیس چلن گیا میڈم چاول بانٹنے آ رہی ہیں، بالکل کوئی صحیح سا گانا سناؤ۔ آج ایک لڑکی نے مختصر لباس پہن کر مہنگائی کے خلاف احتجاج کیا اور چند لوگ اسے اخراج عقیدت پیش کرنے کے لیے کہیں نامعلوم جگہ پر لے گئے۔ اور بھائی نے دکھ میں لال کرتا پہن لیا۔ یہ مزاق آپ کیا کرتے ہیں؟ میں جی دودھ بیچنے کے علاوہ دولہا تیار کرتا ہوں۔ Oh, you have beauty salon. نہیں نہیں ابا جی حکیم نے۔ بیٹے منہ تیرا لکھ لال، تو کی کرنا ہے؟ میں تے نوکری کرنا ہے، اس تو پہلے میں انڈیا دے وچ فائر برگیڈ دے محکمے وچ نوکری کیتی۔ اے چنگا کام۔ او بس ایک جگہ تو اگ بجائی، انہاں جتی بہت پھیری۔ کیا؟ میں گھرے چیتا بجا بیٹھا سا۔ میری بہن سب سے اچھا ناچتی ہے، دودھ بیچنے والے کا دعویٰ۔ اسی خوددار لوگ ہاں،
ਅਸੀਂ ਨਹੀਂ ਇਸ ਤਰ੍ਹਾਂ ਚੌਲ ਖਾਂਦੇ, ਚੁੱਕ ਦਿਓ ਦੇਗ ਤੇ ਆ ਜਾਂਦੇ ਸਾਡੇ ਪੱਲੇ ਚੌਲ ਚੌਲ, ਬਿਸਮਿਲਾ ਕਰੋ। चावल बनने हैं नहीं, एक कुड़ी की आदत है कुछ ना कुछ बंटती रहती है। मैडम एक काम तो करो जी, मैनू ना मुसलमान वाली लाइन च कर दे। ਚੌਲਾਂ ਦੀ ਲਾਈਨ 'ਚ ਬੈਠਾ ਕਿ ਉਮਰੇ ਦੀ ਲਾਈਨ 'ਚ ਬੈਠਾ? ਛੇਤੀ ਵੰਡ ਲਓ, ਇਹਦਾ ਹੱਥ ਲੱਗ ਗਿਆ, ਕਿਸੇ ਨੇ ਨਹੀਂ ਜੇ ਲੈਣੇ। ਮੈਨੂੰ ਚੌਲ ਖਵਾਓ ਨਾ, ਕਹਿੰਦਾ ਮੇਰੀ ਲਾਈਨ ਬਦਲ ਦਿਓ, ਜਿਵੇਂ ਲਾਈਨ 'ਚ ਜਾਏਗਾ ਗਾਂਧੀ ਪਾਏਗਾ ਤੂੰ। ਕਿਆ ਹੋ ਰਿਹਾ? ਚੌਲ ਵੰਡ ਰਹੇ ਹੋ, ਬੈਠ ਕੇ ਚੌਲ ਵੰਡ ਰਹੇ ਹੋ ਜੀ? ਸਾਡੀ ਵਾਰੀ ਇਹ 'ਚ ਚੌਲ ਵੰਡਣ ਲੱਗ ਪਈ। ਸਾਡੀ ਲੈਣ ਜ਼ਿਆਦਾ ਦੇਰ ਨਾ ਰੱਖਣਾ, ਮੇਰਾ ਸਕਾ ਭਰਾ ਬੈਠਾ। ਬਾਜੀ ਭਰੀ ਦੇਖ ਤੇ ਮੈਂ ਬੋਲਦੀ ਨਹੀਂ। ਕਪੜਾ ਲਾਓ, ਇਹ ਕਿਹੜੀ ਸ਼ਰੀਫ ਹੈ? ਮੇਰੀ ਗੱਲਾਂ ਮੁੱਕ ਗਈ। ਆਪਣਾ ਜਨਾਬ ਇਹ ਕਿੰਨੇ ਚੌਲ ਨੇ? ਇਹ ਜੀ 14 ਕਿਲੋ। ਓਹੋ, ਆ ਜਾਂਦੇ ਨੇ? ਤੁਸੀਂ ਇੰਨੇ ਦਾ ਨਜ਼ਰ ਨਹੀਂ ਆ ਰਹੇ ਕਿ ਆਏ ਨੇ? ਇਹ ਫਿਰ ਦੇਖ ਕੁੰਨੀ ਹੈ। ਸ਼ੁਰੂ ਨਾ ਕਰੀ ਪੁੱਤਰ, ਸਾਰੇ ਭੁੱਖੇ ਰਹਿ ਜਾਣੇ। ਬਾਬਾ ਠਹਿਰ ਤੇ ਜਾ, ਬੜੇ ਸੋਹਣੇ ਬਣੇ ਨੇ। ਕਿੱਥੋਂ ਆਏ? ਬਾਬਾ ਢਾਬਾ। ਮੈਂ ਦੱਸਣਾ ਬਾਬਾ ਢਾਬਾ ਪਕਵਾਨ ਸੈਂਟਰ ਜੀ ਦੇ ਲਿਆਓ ਜੀ। ਇਸ ਤਰ੍ਹਾਂ ਨਹੀਂ, ਬੜੀ ਅਜੀਬ ਜੀ ਗੱਲ ਹੈ ਬਾਈ। ਮੈਟਰੋ ਬੱਸ ਨਹੀਂ। ਆਪਣਾ ਚੌਲ ਕਿਉਂ ਵੰਡ ਰਹੀ ਆ? ਇਹਦਾ ਬੇਟਾ ਸਿਹਤ ਯਾਬ ਹੋਇਆ ਨਾ। ਮੇਰੇ ਅੰਬੇ ਦਾ, ਇਹ ਮੇਰੇ ਭਰਾ ਦਾ, ਬਹੁਤ
ਤੁਸੀਂ ਮੇਰੀ ਪਿਸ਼ਤੀ ਕਰਾ ਪਹਿਲੇ ਲੈਣ ਚ ਲੱਗੇ ਹੋ ਇਹਦੇ ਚ ਮੇਰਾ ਹੀ ਸਵਾਲ ਨਾ 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 ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਇਹ ਇਹ ਚੋਲੀ ਹੈ ਹਾਂਜੀ ਇਹ ਦੇਸ਼ ਕਾ ਇਹ ਚ ਮੇਰੀ ਅੰਮੀ ਦਾ ਹੀ ਸਵਾਲ ਇਹ ਦੇਸ਼ ਕਾ ਤੇਰੀ ਅੰਮੀ ਦਾ ਬੜਾ ਬੜਾ ਪਹਿਲੇ ਮੈਨੂੰ ਪਾ ਦਿਓ ਇਹਨੇ ਨਹੀਂ ਸੁਣਨਾ ਉਹਨੇ ਸੁਣ ਲੈਣਾ ਠੰਡੀ ਹੋ ਜਾਏਗੀ ਤੇ ਤੇਰਾ ਕੀ ਫਾਇਦਾ ਫਿਰ ਤੂੰ ਦੇਖ ਤੁਹਾਡੀ ਦੋਤੀ ਪਾਰਟੀ ਹੋਈ ਹੈ ਬਹਿ ਜਾ ਸਾਨੂੰ ਵੱਖਰਾ ਕੋਲੇ ਵੀ ਕਾਨ ਵਹਾਉਣ ਡਿਆ ਚਾਵਲ ਹੋ ਰਹੇ ਮਿਲਨੇ ਨਹੀਂ ਮਿਲਦੇ ਪੰਜਾਬ ਚ ਦਰਿਆ ਕਿੰਨੇ ਪੰਜ ਨਹਿਰਾਂ
ਦੇ ਸਾਹਿਬ ਨਲਕੇ ਲੱਖਾਂ ਦੀ ਦਲਾਰ ਤੇ ਨਹਾਉਂਦੇ ਕਿਉਂ ਨੀ ਫੇਰ ਲਾਹੌਰ ਚ ਕਿੰਨੇ ਟਰਾਲੇ ਚੱਲਦੇ ਨੇ ਬੇਸ਼ੁਮਾਰ ਟਰਾਲੀਆਂ ਲਾ ਤਦਾਦ ਤੂੰ ਕਿਸੇ ਦੇ ਥੱਲੇ ਨੀ ਆਉਣਾ ਕਾਕਾ 9 ਵਜੇ ਦੀਆਂ ਖਬਰਾਂ ਸੁਣ ਲੈਣਾ ਜੀ ਤੇ ਪਿਓ ਦੀ ਕਿਉਂ ਨੀ ਸੁਣਦਾ ਬਜਾਏ ਮੈਨੂੰ ਅਫਸੋਸ ਕਰਨ ਦੇ ਮੈਨੂੰ ਚੁਗਤਾ ਕਰਦੇ ਹੋ ਕੱਲ ਅਫਸੋਸ ਹੋਇਆ ਕੀ ਜੀ ਮੈਂ 10,000 ਰੁਪਏ ਦਾ ਕੁੱਤਾ ਲਿਆ ਸੀ ਅੱਛਾ 2,000 ਵਿੱਚ ਮੈਂ ਪੈ ਗਿਆ ਉਹ ਕਿਉਂ ਜੀ ਪੀਲੇ ਰੰਗ ਦੀ ਪੱਗ ਪਹਿਨਣ ਲੱਗਿਆ ਸੀ ਲਾਈਨਾਂ ਵਾਲਾ ਕੁੜਤਾ ਪਾਉਣ ਲੱਗ ਪਿਆ ਸੀ ਪਹਿਲੇ ਹੈਟ ਬੰਨਦਾ ਸੀ ਬਿਲਕੁਲ ਛੋਟਾ ਜਿਹਾ ਮਾਂ ਪਿਓ ਦੀ ਮੰਗਣੀ ਹੋਈ ਸੀ ਤੇ ਹੋ ਪਿਆ ਇਹ ਚੋਰੀ ਸਾਹਿਬ ਹੱਕ ਹਲਾਲ ਦਾ ਇੰਨਾ ਹੀ ਹੁੰਦਾ ਹੈ ਤੂੰ ਦੱਸ ਜਵਾਨਾ ਕੀ ਜਾਨ ਕਿਨੂੰ ਦੇਣੀ ਹੂੰ ਮੈਂ ਜਾਨ ਅੱਲਾ ਨੂੰ ਨਿੱਕੀ ਭੈਣ ਮੈਨੂੰ ਦੇ ਦੇ ਜੀ ਤੁਸੀਂ ਦੋਵੇਂ ਵਿਹਲੇ ਹੀ ਹੋ ਹਾਂਜੀ ਵਿਹਲੇ ਆ ਤੁਸੀਂ ਟਾਈਮ ਕੱਢ ਕੇ ਕਜ਼ਾ ਇਲਾਹੀ ਨਾ ਵਫਾ ਦੀ ਪਾ ਜਾਓ ਬਦਤਮੀਜ਼ੀ ਕਰਦਾ ਡਾਕਟਰ ਸਾਹਿਬ ਮੈਨੂੰ ਚੈੱਕ ਕਰੋ ਜ਼ਰਾ ਮੈਂ ਬੜੇ ਡਾਕਟਰਾਂ ਕੋਲ ਇਲਾਜ ਕਰਵਾਇਆ ਮੈਨੂੰ ਆਰਾਮ ਨਹੀਂ ਆਇਆ ਮੈਨੂੰ ਚੈੱਕ ਕਰੋ ਸ਼ਾਇਦ ਤੁਹਾਡੇ ਕੋਲੋਂ ਵੀ ਨਾ ਆਏ ਪੁੱਤਰ ਤੂੰ ਆਪਣੇ ਘਰ ਦੇ ਮੰਨਿਆ ਕਰ ਹਾਂਜੀ ਠੀਕ ਹੋ ਜਾਏਗਾ ਕੀ ਸਾਹਿਬ ਜੀ ਹਸਪੀਟਲ ਲੈ ਓਏ ਹੈ ਪਤਾ ਕਰਕੇ ਆਦਾ ਆ ਸਾਹਿਬ ਆਓ ਹੀ ਡਾਕਟਰ ਆਓ ਇੱਥੇ ਤੁਸੀਂ ਕਿਉਂ ਬੈਠੇ ਨਾ ਕਿਨੂੰ ਆ ਜਾ ਇੱਕ ਤੇ ਦੇਖੋ ਨਾ ਜਵਾਨ ਔਲਾਦ ਸਾਹਿਬ ਜੀ ਬਾਹਰ ਆਓ ਝੂਟੇ ਨਾ ਆਏ ਬਹੁਤ ਅੱਛੇ ਤੁਹਾਨੂੰ ਗਾਣੇ ਚੜੇ ਨੇ ਤੁਹਾਡੇ ਵੱਲ ਸਾਹਿਬ ਝੂਟੇ ਨਾ ਤੁਹਾਡੀਆਂ ਟੈਨਸ਼ਨਾਂ ਤੋਂ ਸਾਹਿਬ ਜੀ ਹਸਪੀਟਲ ਚ ਨੇ ਭਈ ਯਾਰ ਅੱਗੇ ਵੀ ਸਭ ਸਾਨੂੰ ਅੱਗੇ ਵੀ ਤੁਸੀਂ 3 ਵਾਰੀ ਕਹਿ ਦਿੱਤਾ ਕਿ ਅੱਬਾ ਜੀ ਨੂੰ ਜਾ ਕੇ ਖੂਨ ਦਿਓ ਅਸੀਂ ਨਹੀਂ ਖੂਨ ਦੇ ਸਕਦੇ ਆਪਣੀ એનર્ਜੀ ਵੇਸਟ ਕਰੀ ਸ਼ਾਦੀ ਕਰ ਲਿਆ ਤੇ ਦਰਬਾਰ ਤੇ ਲੈ ਕੇ ਜਾ ਰਹੇ ਆ ਕੋਈ ਮੰਨਤ ਮੰਗਣੀ ਮੰਨਤ ਨਹੀਂ ਕਸਮ ਚਖਾਣੀ ਛੱਡੇ ਨਾ ਮੈਨੂੰ ਹਸਪਤਾਲੋਂ ਲੈ ਆਂਦਾ ਹੈ ਉਹਦੇ ਡਾਕਟਰ ਨੇ ਇਹਨੇ ਨਾਲ ਲੱਭੀ ਨਹੀਂ ਉਹ ਕਹਿੰਦਾ ਡਾਇਰੈਕਟ ਹੀ ਪਿਆਓ ਸਾ ਡਾਕਟਰ ਨੇ ਕਿਹਾ ਸੀ ਅੱਧੀ ਅੱਧੀ ਕਰਨੀ ਹੈ 1 ਮਿੰਟ ਉਹਨੂੰ ਪੀਣ ਦੇ ਤੇਰੇ ਤੱਕ ਪਹੁੰਚ ਜਾਏਗਾ ਸ਼ੁਕਰ ਕਰ ਤੈਨੂੰ ਮੇਰੇ ਪੁੱਤਰਾ ਦਾ ਖੂਨ ਲੱਗ ਗਿਆ ਹਾਂਜੀ ਨਹੀਂ ਤੇ ਤੇਰੇ ਖੂਨ ਵਾਸਤੇ ਜਾਪਾਨ ਦੇ ਪਿੰਡਾਂ ਚੋਂ ਨਿਉਲੇ ਲੱਭਣੇ ਪੈਣੇ ਸੀ ਬੜੀ ਗੱਲ ਨੇ ਅੱਛਾ ਅੱਜ ਇਹਨਾਂ ਨੂੰ ਮੈਂ ਸਾਰੀ ਜ਼ਿੰਦਗੀ ਪਾਲਿਆ ਭੋਸਿਆ ਹਾਂ ਅੱਜ ਉਹਨਾਂ ਦੇ ਖੂਨ ਦੀ ਲੋੜ ਪਈ ਹੈ ਤੇ ਨਹੀਂ ਦਿੱਤਾ ਚਾਚਾ ਰੋਈ ਨਾ ਮੇਰਾ ਹਾਸਾ ਨਿਕਲ ਜਾਣਾ ਆ ਵੇਖੋ ਜਿੰਨਾ ਬੱਚਿਆਂ ਨਾਲ ਮੈਂ ਜ਼ਿਆਦਤੀ ਕੀਤੀ ਜ਼ੁਲਮ ਕੀਤਾ ਓਏ ਸਾਡੇ ਨਾਲ ਜ਼ਿਆਦਤੀਆਂ ਕੀਤੀਆਂ ਤੂੰ ਨਹੀਂ ਬੱਚੇ ਮੈਂ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਬਦਤਮੀਜ਼ੀ ਕਰ ਪਰ ਮੈਨੂੰ ਮਾਫ ਕਰ ਦੇਣਾ ਕੋਈ ਗੱਲ ਸਿਆਣੇ ਸੱਚ ਆਂਦੇ ਨੇ ਵੀ ਆਪਣਾ ਮਾਰ ਕੇ ਸੱਟੇ ਤੇ ਛਾਵੇਂ ਤੇ ਸੱਟਦਾ ਮੇਰੇ ਬੱਚਿਓ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਰਹਿਣਾ ਅੱਛਾ ਜੀ ਸਾਡੀ ਖੁਸ਼ਕਿਸਮਤੀ ਹੈ ਤੁਹਾਡੇ ਸਾਡੇ ਕੋਲ ਜਗ੍ਹਾ ਘਟੇਗੀ ਕਿਤੇ ਤੂੰ ਖੁੱਡ ਚ ਵੜਦਾ ਫਿਰਦਾ ਕੋਈ ਗੱਲ ਨਹੀਂ ਪੁੱਤਰ ਮੈਂ ਤੇ ਤਾਰ ਤੇ ਵੀ ਸੌਂਦਾ ਜੇ ਤੂੰ ਸਾਡੇ ਨਾਲ ਇਨਸਾਫ ਕੀਤਾ ਤੇ ਜਾ ਫਿਰ ਅੱਜ ਤੋਂ ਅੱਧਾ ਮਾਲ ਤੇਰਾ ਹੋਵੋ ਬੇਟੇ ਜਿਹੜੀਆਂ ਸਾਡੇ ਕੋਲ ਨੀ ਰਹੀਆਂ ਰਹਿਣੀਆਂ ਤੁਹਾਡੇ ਕੋਲ ਵੀ ਨਹੀਂ ਪੁੱਤਰ ਅਸੀਂ ਇਹਨਾਂ ਦਾ ਆਸ਼ਰ ਹੀ ਉਹ ਕਰਨਾ ਇਹਨਾਂ ਕਿਤੇ ਜਾਣ ਨਿਬਰ ਰਹਿਣਾ ਹੀ ਨਹੀਂ ਯਕੀਨ ਤੇ ਵੇਖੋ ਸਾਡੀ ਅੰਮੀ ਦਾ ਹਾਲ ਜਦੋਂ ਤੇਰਾ ਮੇਰਾ ਵਿਆਹ ਹੋਏਗਾ ਸੱਚੀ ਹਾਂ ਲੱਗਦਾ ਖੂਹ ਚ ਬੈਠਾ ਸੱਚੀ ਇੱਕ ਮੌਕਾ ਸੁੱਕ ਮੈਂ ਬਾਹਰ ਆਈਆਂ ਹਾਂਜੀ ਅੱਬਾ ਜੀ ਅਸੀਂ ਕਮਰੇ ਚੋਂ ਅਸੀਂ ਸੋਣਾ ਤੁਸੀਂ ਕੋਠੇ ਤੇ ਸੋਣਾ ਚਲੋ ਠੀਕ ਹੈ ਵੈਸੇ ਵੀ ਕੋਠੇ ਤੇ ਮੇਰੀ ਕਾਂ ਨਾਲ ਮੀਟਿੰਗ ਸੀ ਮੈਂ ਤੇ ਜਾ ਹੀ ਰਿਹਾ ਅੱਛਾ ਤੇਰੇ ਪੁੱਤਰਾਂ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਕੂਫੀ ਨਾਂ ਨੂੰ ਆ ਜਾ ਤੇਰੇ ਨਾਲ ਕੀ ਯਾਰ 100 ਰੁਪਏ ਤੇਰਾ ਰੌਲਾ ਪਾਇਆ ਯਾਰ